ਹਾਜ਼ਰ ਹੈ ਚੰਚ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਨਿਟਰ ਟੀਵੀ ਦੇਖ ਰਹੇ ਹੋ ਦੋਸਤੋ ਮੈਂ ਹਰਸ਼ਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਚੰਚ ਦਾ ਵਿਚਾਰ ਫੇਰ ਸਟੂਡੀਓ ਦੇ ਵਿੱਚੋਂ ਲੈ ਕੇ ਹਾ ਮੇਰੇ ਨਾਲ ਨੇ ਹਰਮਨ ਸਿੰਘ ਜੀ ਤੇ ਅਸੀਂ ਤੁਹਾਡੇ ਨਾਲ ਹਾਂ ਦੋਵੇਂ ਤੇ ਗੱਲਬਾਤ ਕਰਾਂਗੇ ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਤੇ ਉਸ ਤੋਂ ਪਹਿਲਾਂ ਦਿਲ ਦੀ ਗੱਲ ਕਹਿ ਲਾਂ ਜੀ ਕਿੱਥੇ ਰੱਖਣਾ ਲਕੋਕੇ ਤੇ ਨੁਕਣ ਕੇ ਨੀ ਰੁੱਤ ਬੇਈਮਾਨ ਹੋ ਗਈ ਸੱਚੀ ਰੁੱਤ ਬੇਈਮਾਨ ਹੋ ਗਈ ਹੂੰ ਪੰਜਾਬ ਦੇ ਜਿਹੜੇ ਵੀ ਹਿੱਸੇ ਦੇ ਵੱਲ ਆਪਾਂ ਤੁਰ ਪੈਨੇ ਆ ਤੇ ਫਸਲਾਂ ਵਿਸ਼ੀਆਂ ਪਈਆਂ ਦੁੱਖ ਹੁੰਦਾ ਇਸ ਗੱਲ ਨੂੰ ਦੇਖ ਕੇ ਕੁਦਰਤ ਦੇ ਮੂਰੇ ਜ਼ੋਰ ਕੋਈ ਨਹੀਂਗਾ ਪਰ ਲੰਮੀਆਂ ਪਈਆਂ ਫਸਲਾਂ ਦੇਖ ਕੇ ਇਉਂ ਲੱਗਦਾ ਵੀ ਕਿਸਾਨ ਦੇ ਸੁਪਨੇ ਲੰਮੇ ਪੈ ਗਏ ਆ ਕਿਸਾਨ ਦੇ ਸੁਪਨੇ ਧੜਕ ਗਏ ਆ ਬਹੁਤ ਸਾਰੀਆਂ ਥਾਵਾਂ ਤੇ ਮੈਂ ਜਾ ਕੇ ਦੇਖਿਆ ਮੈਨੂੰ ਸ਼ਾਹਕੋਟ ਦੇ ਵੱਲ ਪਿੰਡ ਸੰਦਾ ਦੇ ਵੱਲ ਕੁਝ ਹੋਰ ਥਾਵਾਂ ਤੇ ਜਾਣ ਦਾ ਮੌਕਾ ਮਿਲਿਆ ਯਕੀਨ ਮੰਨਿਓ ਵੀ ਐਨਾ ਅੰਦਰੋਂ ਹੌਲ ਪੈਂਦਾ ਵੀ ਭਾਈ ਯਾਰ ਆਹ ਕੀ ਬਣ ਗਿਆ ਲਗਾਤਾਰ ਮੀਂਹ ਪੈ ਰਿਹਾ ਪੰਜਾਬ ਦੇ ਵਿੱਚ ਨੇਰੀ ਛਖੜ ਝੁੱਲਾ ਕਈ ਥਾਵਾਂ ਤੇ ਗੜੇ ਪੈ ਗਏ ਵੀ ਕਿਸਾਨ ਦਾ ਸੱਚੀ ਮੁੱਚੀ ਬੁਰਾ ਹਾਲ ਹੋਊਗਾ ਤੇ ਐਤ ਕੀ ਬਣ ਲੱਗਦਾ ਵੀ ਭਾਈ ਉਹਦੇ ਖਰਚੇ ਵੀ ਪੂਰੇ ਨਹੀਂ ਹੋਣੇ ਐਤ ਕੀ ਬਹੁਤ ਬੁਰਾ ਹਾਲ ਆ ਤੇ ਇੱਕ ਸਰਕਾਰ ਨੂੰ ਚਾਹੀਦਾ ਵੀ ਸੱਚੀ ਮੁੱਚੀ ਨਿਠ ਕੇ ਮਦਦ ਕੀਤੀ ਜਾਵੇ ਕਿਉਂਕਿ 15000 ਰੁਪਏ ਸਰਕਾਰ ਨੇ ਦੇਣ ਮਾਰੇ ਕਿਆ ਵੀ ਜਿਹਨਾਂ ਦੀ 100% ਦੀ ਕੜੇ ਕਿ ਨੁਕਸਾਨੀ ਗਈ ਆ ਪਰ ਕਿਸਾਨ ਕਹਿੰਦਾ ਵੀ ਵੱਡ ਤੋਂ ਵੱਧ ਸਾਡੀ ਹੋਰ ਮਦਦ ਹੋਣੀ ਚਾਹੀਦੀ ਆ ਪਹਿਲਾਂ ਕਰਦੇ ਹਰਮਨਜੀਤ ਦਾ ਸਵਾਗਤ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਨੇ ਕਿਵੇਂ ਹੋ ਮੈਂ ਠੀਕ ਆ ਵਾਕਿ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਹੈ ਨਾ ਇਸ ਗੱਲ ਨੇ ਸੱਚੀ ਅੰਦਰਾ ਝੰਡੋੜਿਆ ਪਿਆ ਕਿਉਂਕਿ ਕਿਸੇ ਦੇ ਲਈ ਇਹ ਮੌਸਮ ਵਧੀਆ ਹੋ ਸਕਦਾ ਹੈ ਕੋਈ ਕਹਿੰਦਾ ਹੋ ਸਕਦਾ ਹੈ ਕਿ ਇਹ ਚਲੋ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲ ਗਈ ਹੈ ਨਾ ਪਰ ਜਦੋਂ ਖੇਤਾਂਵਾਲ ਦੇਖਦੇ ਆਂ ਜਦੋਂ ਫਸਲਾਂਵਾਲ ਦੇਖਦੇ ਆਂ ਜਦੋਂ ਕਿਸਾਨਾਂ ਦੇ ਚਿਹਰਿਆਂਵਾਲ ਦੇਖਦੇ ਆਂ ਸੱਚੀ ਮੰਨ ਦੇ ਉੱਪਰ ਬਹੁਤ ਕੁਝ ਬੀਤਦਾ ਹੈ ਕਿ ਆਖਰਕਾਰ ਇਹਨਾਂ ਦਾ ਕਸੂਰ ਕੀ ਸੀ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹਨਾਂ ਨੇ ਸੋਚਿਆ ਹੋਊਗਾ ਕਿ ਐਤ ਕੀ ਚਲੋ ਕਿਉਂਕਿ ਐਤ ਕੀ ਕਹਿੰਦੇ ਕਣਕਾਂ ਸੋਹਣੀਆਂ ਵੀ ਬਹੁਤ ਹੋਈਆਂ ਸੀ ਬਿਲਕੁਲ ਭਾਰੀਆਂ ਸੀ ਕਣਕਾਂ ਹਾਂ ਦਾਣਾ ਬਹੁਤ ਚਾਹ ਹੋਊਗਾ ਚਲੋ ਐਤ ਕੀ ਵਧੀਆ ਮੁੱਲ ਤੇ ਵਿਖ ਜਾਊਗੀ ਐਤ ਕੀ ਮੈਂ ਧੀ ਪੁੱਤ ਦਾ ਵਿਆਹ ਕਰਨਾ ਹੈ ਹਨਾ ਐਤ ਕੀ ਮੈਂ ਇਹਨਾਂ ਪੈਸਿਆਂ ਦੇ ਨਾਲ ਆਪਣਾ ਕਰਜ਼ਾ ਲਾਉਣਾ ਹੈ ਐਤ ਕੀ ਮੈਂ ਆਪਦੇ ਬੱਚੇ ਨੂੰ ਬਾਹਰ ਭੇਜਣਾ ਹੈ ਕਿਸੇ ਨੂੰ ਪੜ੍ਹਾਈ ਲਿਖਾਈ ਚ ਦਾਖਲਾ ਕਰਵਾਉਣਾ ਕਿਸੇ ਕਾਲਜ ਯੂਨੀਵਰਸਿਟੀ ਦੇ ਵਿੱਚ ਬਹੁਤ ਕੁਝ ਸੋਚਿਆ ਹੋਊਗਾ ਹਨਾ ਪਰ ਉਹ ਸਾਰੀਆਂ ਚੀਜ਼ਾਂ ਦੇ ਉੱਪਰ ਪਾਣੀ ਫਿਰ ਗਿਆ ਉਹਨਾਂ ਸਾਰੀਆਂ ਉਮੀਦਾਂ ਤੇ ਗੜੇ ਪੈ ਗਏ ਇਹ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਪਤਾ ਨਹੀਂ ਕੀ ਬਣੂ ਬਿਲਕੁਲ ਤੁਹਾਡੀ ਗੱਲ ਸਹੀ ਆ ਤੇ ਬਾਕੀ ਕੁਦਰਤ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਆ ਜੋਦੜੀ ਆ ਵੀ ਭਾਈ ਹੁਣ ਹੋਰ ਕਹਿਰ ਨਾ ਕਰਮਾ ਜੀ ਬਹੁਤ ਨੁਕਸਾਨ ਹੋ ਗਿਆ ਤੇ ਲਗਾਤਾਰ ਪੰਜਾਬ ਦੇ ਵਿੱਚ ਆਉਂਦੇ 24 ਘੰਟੇ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਅੱਜ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਸਵੇਰ ਦੇ ਵੇਲੇ ਬੇਹਦ ਮੀਂਹ ਪਿਆ ਲਗਾਤਾਰ ਬਿਜਲੀ ਲੱਸੀ ਗਈ ਹੈ ਲਗਾਤਾਰ ਬਦਲਵਾਈ ਚੱਲ ਰਹੀ ਆ ਵੀ ਪਤਾ ਹੀ ਨਹੀਂ ਆਉਂਦੇ ਸਮੇਂ ਦੇ ਵਿੱਚ ਕੀ ਤੋਂ ਕੀ ਬਣਨਾ ਜੀ ਬਿਲਕੁਲ ਪਰ ਐਤ ਕੀ ਕਹਿੰਦੇ ਗਰਮੀ ਵੀ ਬਹੁਤ ਜ਼ਿਆਦਾ ਪੈਣੀ ਆ ਇਹ ਜੋ ਕੁਝ ਵੀ ਵਰਤਾਰਾ ਚੱਲ ਰਿਹਾ ਹੈ ਜਿੰਨਾ ਮੌਸਮ ਬਦਲ ਗਿਆ ਮੈਨੂੰ ਲੱਗਦਾ ਟੈਣਾ ਸਾਹਿਬ ਕਿਤੇ ਨਾ ਕਿਤੇ ਅਸੀਂ ਤੁਸੀਂ ਸਾਰੇ ਜ਼ਿੰਮੇਵਾਰ ਹਾਂ ਅਸੀਂ ਮੰਨੀਏ ਨਾ ਮੰਨੀਏ ਸਾਨੂੰ ਪਿੱਛੇ ਨੂੰ ਮੁੜਨਾ ਪਊਗਾ ਹਨਾ ਜਿੰਨਾ ਅਸੀਂ ਕੁਦਰਤ ਦਾ ਘਾਣ ਕਰ ਚੁੱਕੇ ਆ ਉਸ ਘਾਣ ਦਾ ਕਰਨ ਦਾ ਕਰਕੇ ਉਹ ਸਾਰਾ ਕੁਝ ਕਰਨ ਦਾ ਕਰਕੇ ਹੀ ਆ ਨਤੀਜਾ ਸਾਹਮਣੇ ਆਇਆ ਕਿ ਬੇਮੌਸਮੀ ਬਰਸਾਤ ਹੋਣ ਲੱਗੀ ਮੀਂਹ ਪੈਣ ਲੱਗ ਗਿਆ ਜਦੋਂ ਮੀਂਹ ਦੀ ਲੋੜ ਹੁੰਦੀ ਆ ਉਦੋਂ ਮੀਂਹ ਪੈਂਦਾ ਨਹੀਂ ਆ ਠੰ ਬਹੁਤ ਜ਼ਿਆਦਾ ਘਟ ਗਈ ਹੈ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਗਈ ਹੈ ਸੋ ਸਾਨੂੰ ਸੁਧਰਨਾ ਪਊਗਾ ਬਿਲਕੁਲ ਸਹੀ ਜੀ ਤੇ ਹੁਣ ਚਾਹੀਦੇ ਵਿਚਾਰ ਚਾਹ ਜਿਹੜਾ ਵਿਚਾਰ ਇਹ ਆ ਗੌਰ ਨਾਲ ਸੁਣਿਓ ਕਿ ਜਿਨ੍ਹਾਂ ਨੂੰ ਤੁਹਾਡੇ ਸੰਘਰਸ਼ ਬਾਰੇ ਪਤਾ ਤੁਹਾਡੀ ਕੀਮਤ ਤੁਹਾਡੀ ਮੰਜ਼ਲ ਤੁਹਾਡੀ ਕਾਮਯਾਬੀ ਦੇ ਬਾਰੇ ਅਸਲ ਅਰਥਾਂ ਦੇ ਵਿੱਚ ਉਹ ਹੀ ਜਾਣਦੇ ਆ ਜਿਨ੍ਹਾਂ ਨੂੰ ਤੁਹਾਡੇ ਸੰਘਰਸ਼ ਦੇ ਬਾਰੇ ਪਤਾ ਅਸਲ ਅਰਥਾਂ ਦੇ ਵਿੱਚ ਪਤਾ ਉਹਨਾਂ ਨੂੰ ਹੀ ਤੁਹਾਡੀ ਮੰਜ਼ਲ ਪ੍ਰਾਪਤੀ ਦੇ ਬਾਰੇ ਤੇ ਤੁਹਾਡੀ ਕਾਮਯਾਬੀ ਦੇ ਬਾਰੇ ਅਸਲ ਹਕੀਕਤ ਦੇ ਵਿੱਚ ਪਤਾ ਬਾਕੀਆਂ ਦੇ ਲਈ ਤਾਂ ਤੁਸੀਂ ਸਿਰਫ ਤੇ ਸਿਰਫ ਕਿਸਮਤ ਵਾਲੇ ਹੋ ਹੂੰ ਉਹ ਕਹਿੰਦੇ ਵੀ ਕਿਸਮਤ ਚੰਗੀ ਸੀ ਇਹਦੀ ਇਹਨੂੰ ਤਾਂ ਮਿਲ ਗਿਆ ਹੂੰ ਇਹਦਾ ਤੁੱਕਾ ਲੱਗ ਗਿਆ ਇਹਦਾ ਸੂਤ ਆ ਗਿਆ ਕਿਸੇ ਦਾ ਇਉਂ ਸੂਤ ਨਹੀਂ ਆਉਂਦਾ ਉਹਨੇ ਕੋਈ ਨਾ ਕੋਈ ਘਾਲਣਾ ਕਾਲੀ ਹੁੰਦੀ ਆ ਉਹਨੇ ਦਿਨ ਰਾਤ ਇੱਕ ਕੀਤਾ ਹੁੰਦਾ ਜਿਹੜਾ ਸਾਨੂੰ ਦਿਸਦਾ ਨਹੀਂ ਹੁੰਦਾ ਜੀ ਕਿਉਂਕਿ ਜਦੋਂ ਬੰਦਾ ਟੀਸੀ ਤੇ ਪਹੁੰਚ ਜਾਂਦਾ ਸਾਨੂੰ ਦਿਸਦਾ ਵੀ ਉਹ ਦੇਖੋ ਚਮਕੀ ਜਾਂਦਾ ਉਹਨੇ ਘਾਲਣਾ ਕਿਹੜੀ ਕਾਲੀ ਆ ਕੋਈ ਬੰਦਾ ਹੋ ਸਕਦਾ ਬਹੁਤ ਜ਼ਿਆਦਾ ਖੇਤੀਬਾੜੀ ਦੇ ਵਿੱਚ ਹੋਵੇ ਦਿਨ ਰਾਤ ਖੇਤ 'ਚ ਰਹਿੰਦਾ ਹੋਵੇ ਜੇ ਉਹਦੀ ਫਸਲ ਲਹਿਰਾਉਂਦੀ ਆ ਤਾ ਫਿਰ ਸਾਨੂੰ ਪਤਾ ਇਹ ਲੱਗਣਾ ਚਾਹੀਦਾ ਵੀ ਯਾਰ ਇਹਨੇ ਸਾਡੇ ਨਾਲੋਂ ਕੁਝ ਵੱਖਰਾ ਕੀਤਾ ਹਾਂਜੀ ਜੇਕਰ ਕਿਸੇ ਬੰਦੇ ਨੇ ਕੋਈ ਘਰ ਪੱਕਾ ਕਰ ਲਿਆ ਉਹਨੇ ਕੁਝ ਨਾ ਕੁਝ ਕੀਤਾ ਉਹਨੂੰ ਤਾਂ ਕਾਮਯਾਬੀ ਮਿਲੀ ਆ ਨਹੀਂ ਤਾਂ ਨਹੀਂ ਬਿਲਕੁਲ ਸਹੀ ਸੋ ਇਸ ਲਈ ਉਸ ਕਾਮਯਾਬੀ ਦੇ ਗੁਰ ਸਿੱਖਣੇ ਚਾਹੀਦੇ ਨੇ ਹੁਣ ਮੇਰੇ ਵਾਲਾ ਚਾਈਨਾਚਾਰ ਕਹਿੰਦੇ ਹਮੇਸ਼ਾ ਆਪਣੀ ਨਜ਼ਰ ਉਸ ਚੀਜ਼ ਵੱਲ ਉਸ ਟੀਚੇ ਵੱਲ ਰੱਖੋ ਜਿਹੜੇ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਹਮੇਸ਼ਾ ਆਪਣੀ ਨਜ਼ਰ ਆਪਣੀ ਨਿਗਾਹ ਉਸ ਟੀਚੇ ਵੱਲ ਰੱਖੋ ਜਿਹਨੂੰ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਉਸ ਵੱਲ ਨਹੀਂ ਜਿਹਨੂੰ ਤੁਸੀਂ ਗਵਾ ਚੁੱਕੇ ਹੋ ਹਾਂ ਸਿਰਫ ਪਛਤਾਵਾ ਰਹਿ ਜਾਂਦਾ ਫਿਰ ਜਦੋਂ ਸਮਾਂ ਨਿਕਲ ਜਾਂਦਾ ਹੈ ਅਸੀਂ ਅਕਸਰ ਅੱਗੇ ਨਹੀਂ ਵੇਖਦੇ ਕਿ ਅੱਗੇ ਮੈਨੂੰ ਕੀ ਕਰਨਾ ਚਾਹੀਦਾ ਹੈ ਕਿ ਮੈਂ ਕੁਝ ਵਧੀਆ ਹਾਸਲ ਕਰ ਲਵਾਂ ਜਾਂ ਮੈਂ ਅੱਗੇ ਵੱਧ ਜਾਵਾਂ ਅਸੀਂ ਅਕਸਰ ਉਸ ਬੀਤੇ ਨੂੰ ਪਛਤਾਉਂਦੇ ਰਹਿੰਦੇ ਆ ਕਿ ਉਦੋਂ ਮੌਕਾ ਸੀ ਉਦੋਂ ਮੈਂ ਇਹ ਨਹੀਂ ਕੀਤਾ ਉਦੋਂ ਜੇ ਮੌਕਾ ਜਿਹੜਾ ਹੈ ਉਹ ਸੰਭਲਿਆ ਹੁੰਦਾ ਤਾਂ ਅੱਜ ਹੋਰ ਹੁੰਦਾ ਉਹ ਗਿਆ ਸਮਾਂ ਤੇ ਜਿਹੜਾ ਹੈ ਹੱਥ ਦੇ ਵਿੱਚ ਉਹਨੂੰ ਸੰਵਾਰ ਗੀ ਜੀ ਉਹਨੂੰ ਸਹੀ ਤਰੀਕੇ ਨਾਲ ਸੰਭਾਲ ਲੀ ਗਏ ਪਿਛਲੇ ਨੂੰ ਚੁਰੀ ਜਾਂਦੇ ਆ ਹੋ ਗਿਆ ਸੀ ਜਾਂ ਕਰਤਾ ਸੀ ਜਾਂ ਬਣ ਗਿਆ ਸੀ ਜਾਂ ਠੀਂ ਸੀ ਆਖੀ ਸੀ ਭਾਈ ਇਹ ਵੇਖੋ ਵੀ ਭਾਈ ਵਰਤਮਾਨ ਚ ਕੀ ਹੈ ਤੇ ਭਵਿੱਖ ਕਿਹੜੇ ਪਾਸੇ ਨੂੰ ਜਾ ਰਿਹਾ ਬਿਲਕੁਲ ਸਹੀ ਹੈ ਵਾਦੀ ਹਜ਼ਰਾ ਚੰਚੀ ਦਾ ਮੀਚਾ ਹਰਮਨ ਜੀ ਆਪਾਂ ਇਹ ਗੱਲ ਕਹਿ ਦਿੰਨੇ ਆ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਗਲਤ ਹੋਈ ਜਾਂਦਾ ਪਰ ਪੰਜਾਬ ਦੇ ਵਿੱਚ ਦਿਆਲੂ ਲੋਕਾਂ ਦੀ ਵੀ ਘਾਟ ਨਹੀਂ ਸੱਚ ਹੈ ਪੰਜਾਬ ਦੇ ਦਰਿਆਦਲ ਲੋਕਾਂ ਦੀ ਵੀ ਕਮੀ ਨਹੀਂ ਹੂੰ ਉਹਨਾਂ ਲੋਕਾਂ ਦੇ ਕਰਕੇ ਹੀ ਹਾਲੇ ਤੱਕ ਪੰਜਾਬ ਬਚਿਆ ਹੂੰ ਸਾਰੇ ਲੋਕ ਇੱਕ ਅਸੇ ਨਹੀਂ ਗੇ ਸਾਰੇ ਲੋਕ ਨਾ ਚੰਗੇ ਆ ਨਾ ਸਾਰੇ ਲੋਕ ਮਾੜੇ ਆ ਹਾਂ ਆਪਾਂ ਸਾਰਿਆਂ ਨੂੰ ਇੱਕੋ ਰਸੇ ਬੰਨ ਵੀ ਨਹੀਂ ਸਕਦੇ ਬਿਲਕੁਲ ਤੇ ਦੁਨੀਆ ਭਰ ਦੇ ਵਿੱਚ ਵਸਤੇ ਜਿਹੜੇ ਸਾਡੇ ਪੰਜਾਬੀ ਪਹਿਣਾ ਵੀਰ ਆ ਜਦੋਂ ਉਥੋਂ ਦੇ ਪੈਸਿਆਂ ਨਾਲ ਉਧਰਲੀ ਕਰੰਸੀ ਦੇ ਨਾਲ ਇੱਧਰ ਲੈਣਾ ਦੁੱਖ ਦੂਰ ਕਰਦੇ ਆ ਉਹਨਾਂ ਦੀ ਮਿਹਨਤ ਨੂੰ ਸਲਾਮ ਕਰਨ ਨੂੰ ਚਾਤ ਕਰਦਾ ਆ ਹਾਂ ਇਹ ਹੁਣ ਨਵੀਂ ਖਬਰ ਆਈ ਆ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇੱਕ ਬਕੈਣ ਵਾਲਾ ਪਿੰਡ ਆ ਹਾਂਜੀ ਪਿਛਲੇ ਦਿਨੀ ਯਾਨੀ ਕਿ ਹਫਤਾ ਖੰਢੀ ਹੋਇਆ ਹਲੇ ਹਾਂਜੀ ਵੀ ਚੱਕਰਵਾਤੀ ਤੂਫਾਨ ਆਇਆ ਬਹੁਤ ਲੋਕਾਂ ਦੀਆਂ ਛੱਤਾਂ ਉੱਡ ਗਈਆਂ 6-7 ਲੋਕ ਗੰभीर ਰੂਪ ਦੇ ਵਿੱਚ ਜ਼ਖਮੀ ਹੋਏ ਆ ਹੂੰ ਕਈ ਲੋਕ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਖੁੱਲੇ ਸਮਾਨ ਦੇ ਥੱਲੇ ਆ ਗਏ ਕੁੱਕੇ ਛਤਾਂ ਤੇ ਚੱਕੀਆਂ ਗਈਆਂ ਕਿਸੇ ਦਾ ਘਰ ਪੂਰਾ ਟਹਿ ਗਿਆ ਕਿਸੇ ਦਾ ਕੋਈ ਨੁਕਸਾਨ ਕਿਸੇ ਦਾ ਕੋਈ ਨੁਕਸਾਨ ਕਿਸੇ ਦਾ ਕੋਈ ਨੁਕਸਾਨ ਤੇ ਉਹਨਾਂ ਪੀੜਤ ਲੋਕਾਂ ਦੀ ਮਦਦ ਦੇ ਵਾਸਤੇ ਪਿੰਡ ਦੀ ਪੰਚਾਇਤ ਤੋਂ ਲੈ ਕੇ ਜ਼ਿਲ੍ਹੇ ਦੇ ਵਿਧਾਇਕ ਤੋਂ ਲੈ ਕੇ ਜ਼ਿਲ੍ਹੇ ਦੇ ਡੀਸੀ ਤੋਂ ਲੈ ਕੇ ਜ਼ਿਲ੍ਹੇ ਦੇ ਐਸਐਸਪੀ ਐਸਡੀਐਮ ਤੋਂ ਲੈ ਕੇ ਆਮ ਲੋਕਾਂ ਤੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਜਿਹੜੀ ਮਦਦ ਵਾਸਤੇ ਹੱਥ ਵਧਾਏ ਗਏ ਆ ਸੱਚੀ ਮੁੱਚੀ ਸਲਾਮ ਕਰਨ ਨੂੰ ਚਿਤ ਕਰਦਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਇਹ 25 ਮਾਰਚ ਨੂੰ ਇਹ ਜਿਹੜਾ ਤੂਫਾਨ ਆ ਉਹ ਆਇਆ ਸੀ ਵੀਡੀਓ ਬਹੁਤ ਵੱਡੇ ਪੱਧਰ ਦੇ ਉੱਪਰ ਇਹ ਵਾਇਰਲ ਹੋਈ ਸੀ ਔਰ ਤੁਸੀਂ ਵੇ ਜੋ ਜਿਹਨਾਂ ਦੀਆਂ ਛੱਤਾਂ ਜੜੀਆਂ ਉਹ ਡਿੱਗ ਗਈਆਂ ਸੀ ਇਸ ਤੂਫਾਨ ਦਾ ਕਰਕੇ ਔਰ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਲੋਕ ਜਿਹੜੇ ਜ਼ਖਮੀ ਵੀ ਹੋਏ ਸੀ ਇਹ ਸਭ ਕੁਝ ਦੇ ਵਿੱਚ ਪਰ ਦਿਆਲੂ ਲੋਕ ਅੱਗੇ ਆਏ ਉਹਨਾਂ ਨੇ ਇਹਨਾਂ ਸਾਰਿਆਂ ਦੀ ਬਾਹ ਫੜੀ ਹੈ ਮੈਨੂੰ ਬੜਾ ਚੰਗਾ ਲੱਗਾ ਵੀ ਜਿਹੜੇ ਇਸ ਹਲਕੇ ਦੇ ਵਿਧਾਇਕਾ ਉਹਨਾਂ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਜਿਹੜੀ ਉਹ ਇਹਨਾਂ ਪੀੜਤ ਪਰਿਵਾਰਾਂ ਨੂੰ ਦੇਣ ਦਾ ਐਲਾਨ ਕੀਤਾ ਜੀ ਇਥੋਂ ਨੇ ਪੁਲਿਸ ਕਰਮਚਾਰੀਆਂ ਨੇ ਸਵਾ ਲੱਖ ਰੁਪਇਆ ਆਪਦੇ ਕੋਲੋਂ ਇਕੱਠਾ ਕਰਕੇ ਪਿੰਡ ਦੇ ਸਰਪੰਚ ਨੂੰ ਦਿੱਤਾ ਚੈੱਕ ਦੇ ਦਿੱਤਾ ਵੀ ਭਾਈ ਆਹ ਲਓ ਜੀ ਸਾਡੇ ਵੱਲੋਂ ਯੋਗਦਾਨ ਜੀ ਵੀ ਭਾਈ ਜਿਹੜੀ ਵੀ ਤੁਸੀਂ ਸਾਥ ਤ ਠੀਕ ਸਮਝਦੇ ਹੋ ਜਿਹੜੀ ਵੀ ਕੰਧ ਨੂੰ ਕੱਢਣਾ ਠੀਕ ਸਮਝਦੇ ਹੋ ਜਿਹੜੇ ਵੀ ਲੋੜਵੰਦ ਦੀ ਪਿੰਡ ਦੇ ਵਿੱਚ ਮਦਦ ਨੂੰ ਠੀਕ ਸਮਝਦੇ ਹੋ ਉਹ ਕਰ ਦਿਓ ਡੀਸੀ ਤੇ ਐਸਡੀਐਮ ਨੇ ਕਹਿੰਦਾ ਇੱਕ ਇੱਕ ਦਿਨ ਦੀ ਤਨਖਾਹ ਜਿਹੜੀ ਆ ਉਹ ਦੇ ਦਿੱਤੀ ਹੈ ਐਮਐਲ ਨੇ ਇੱਕ ਮਹੀਨੇ ਦੀ ਤਨਖਾਹ ਦੇ ਦਿੱਤੀ ਹੈ ਔਰ ਜਿਵੇਂ ਤੁਸੀਂ ਦੱਸਿਆ ਪੁਲਿਸ ਨੇ ਸਵਾ ਲੱਖ ਦਾ ਚੈੱਕ ਦੇ ਦਿੱਤਾ ਸੋ ਚਾਹੇ ਕੋਈ ਥੋੜਾ ਕਰੇ ਚਾਹੇ ਬਹੁਤਾ ਕਰੇ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਉਹ ਇਹਦੇ ਵਿੱਚ ਵੀ ਨੁਕਸ ਕੱਢਣਗੇ ਟਾਣਾ ਸਾਹਿਬ ਲੈ ਇੱਕ ਮਹੀਨੇ ਦੀ ਕਿਉਂ ਇੱਕ ਸਾਲ ਦੀ ਦੇ ਦੇਣੀ ਚਾਹੀਦੀ ਸੀ ਲੈ ਇੱਕ ਦਿਨ ਦੀ ਕਿਉਂ ਇੱਕ ਹਫਤੇ ਦੀ ਦੇ ਦੇਣੀ ਚਾਹੀਦੀ ਸੀ ਬਹੁਤ ਸਾਰੇ ਲੋਕ ਹੋ ਸਕਦੇ ਕਿੰਤੂ ਵੀ ਕਰਨ ਪਰ ਮੈਨੂੰ ਇਹ ਲੱਗਦਾ ਹੈ ਚਾਹੇ ਥੋੜਾ ਦਿੱਤਾ ਚਾਹੇ ਬਹੁਤਾ ਦਿੱਤਾ ਕੁਛ ਤਾਂ ਕੀਤਾ ਦਾਨ ਦੇ ਰੂਪ ਦੇ ਵਿੱਚ ਕਿਸੇ ਨੇ 50 ਰੁਪਏ ਦਿੱਤੇ ਆ ਕਿਸੇ ਨੇ 50 ਲੱਖ ਦਿੱਤਾ ਕਿਸੇ ਨੇ 50 ਹਜ਼ਾਰ ਦਿੱਤਾ ਸਾਨੂੰ ਕਿੰਤੂ ਕਰਨ ਦਾ ਕੋਈ ਅਧਿਕਾਰ ਨਹੀਂ ਅਸੀਂ ਇਹ ਵੇਖੀਏ ਕਿ ਅਸੀਂ ਕੀ ਦੇ ਰਹੇ ਹਾਂ ਕਿ ਅਸੀਂ ਮਦਦ ਲਈ ਅੱਗੇ ਆ ਰਹੇ ਹਾਂ ਕਿ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕ ਰਹੇ ਹਾਂ ਕਿ ਅਸੀਂ ਉਹਨਾਂ ਦੀ ਜਿਹੜੀਆਂ ਛੱਤਾਂ ਲੱਗੀਆਂ ਚਾਹੇ ਉਹ ਚ 50 ਰੁਪਏ ਦਾ ਯੋਗਦਾਨ ਪਾਈਏ ਕਿ ਅਸੀਂ ਪਾ ਰਹੇ ਹਾਂ ਹਰ ਇੱਕ ਬੰਦਾ ਕਿੰਤੂ ਕਰਨ ਤੋਂ ਪਹਿਲਾਂ ਇਹ ਸੋਚ ਲਵੇ ਤਾਂ ਜ਼ਿਆਦਾ ਵਧੀਆ ਅਸਲ ਦੇ ਵਿੱਚ ਨਾ ਹਰਮਨਜੀਤ ਮੈਨੂੰ ਕਦੇ-ਕਦੇ ਲੱਗ ਉਹ ਵੀ ਅੱਜਕੱਲ੍ਹ ਲੋਕਾਂ ਨੂੰ ਪੁੱਛ ਕੇ ਕਰਨੀ ਪੈਂਦੀ ਹੈ ਹਾਂ ਵੀ ਭਾਈ ਜੀ ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਆਹ ਕਰ ਲਾਂ ਤੁਸੀਂ ਮੈਨੂੰ ਮਾੜਾ ਤਾਂ ਨਹੀਂ ਸੋਚੋਗੇ ਮੇਰੇ ਬਾਰੇ ਕਿਹਨੂੰ ਕਿਹਨੂੰ ਪੁੱਛ ਲੋਂਗੇ ਹਾਂ ਤਾਂ ਵੀ ਮਾੜੇ ਕਹਿਣ ਵਾਲੇ ਨੇ ਮਾੜਾ ਕਹਿ ਹੀ ਜਾਣਾ ਤੇ ਅਕਸਰ ਉਹ ਮਾੜਾ ਕਹੂਗਾ जिने कदे 5 ਰੁਪਏ ਦੇ ਦਾਨ ਨਹੀਂ ਕੀਤੇ ਕਿਉਂਕਿ ਪੁੱਛਣ ਦਾ ਵੀ ਕਈ ਵਾਰ ਲੋਕ ਇਸ ਗੱਲ ਨੂੰ ਹੀ ਮਾੜਾ ਮਨਾਇੰਦੇ ਮੈਨੂੰ ਉਦਾਂ ਨਹੀਂ ਪੁੱਛਿਆ ਜਿੱਦਾਂ ਪੁੱਛਣਾ ਚਾਹੀਦਾ ਸੀ ਮੈਨੂੰ ਥੋੜਾ ਘੱਟ ਪੁੱਛਿਆ ਮੈਨੂੰ ਬਾਅਦ ਵਿੱਚ ਕਿਉਂ ਪੁੱਛਿਆ ਮੈਨੂੰ ਪਹਿਲਾਂ ਕਿਉਂ ਨਹੀਂ ਪੁੱਛਿਆ ਲੜਾਈ ਤਾਂ ਹਰ ਪਾਸੇ ਹੈ ਹੀ ਹੈ ਮੇਰਾ ਟੱਕ ਬਾਹਰੋਂ ਆ ਕੇ ਮਿੱਤਰ ਇੱਥੇ ਕੰਮ ਕਾਜ ਕਰਦਾ ਹੁੰਦਾ ਉਹ ਸਾਲ ਦਾ 5-7 ਲੱਖ ਰੁਪਈਆ ਖਰਚ ਕਰਦਾ ਆਪਦੇ ਪਿੰਡ ਤੇ ਉਹ ਕਹਿੰਦਾ ਵੀ ਪਿੰਡ ਦੇ ਅੱਧੇ ਲੋਕ ਮੇਰੇ ਨਾਲ ਇਸ ਗੱਲੋਂ ਵੀਂਗੇ ਵੀ ਸਾਡੀ رائے ਕਿਉਂ ਨਹੀਂ ਲੈਂਦਾ ਹੈ ਕਿਉਂ ਲਵੇ ਉਹ ਕਹਿੰਦਾ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਬਾਈ ਜੀ رائے ਤੁਸੀਂ ਮ ਪਰ ਇਉਂ ਥੋੜੀ ਵੀ ਮੈਂ ਕੱਲੇ-ਕੱਲੇ ਦੇ ਘਰ ਦੇ ਵਿੱਚ ਜਾ ਕੇ ਰਾਇਲਮਾ ਵੀ ਤੈਨੂੰ ਕਿ ਮੈਂ ਪਸੰਦ ਆ ਕਹਿੰਦਾ ਵੀ ਮੈਂ ਜਦੋਂ ਆਉਣਾ 10 ਦਿਨ ਲਈ ਆਉਣਾ ਤੇ ਮੈਂ 10 ਦਿਨ ਤੋ ਪਿੰਡ ਦੇ ਕੰਮ ਤੇ ਲਾਉਣੇ ਉਹਦੇ ਵਿੱਚ ਦੋ ਚਾਰ ਦਿਨ ਮੈਨੂੰ ਉਰਲੇ ਪਰਲੇ ਆਪਦੇ ਕੰਮਾਂ ਤੇ ਵੀ ਜਾਣਾ ਪੈਂਦਾ ਕਿਸੇ ਰਿਸ਼ਤੇਦਾਰ ਦੇ ਵਿੱਚ ਕਿਸੇ ਦੁੱਖ ਸੁੱਖ ਦੇ ਕਹਿੰਦਾ ਨਰਾਜ਼ਗੀ ਫੇਰ ਮੇਰੇ ਨਾਲ ਆ ਵੀ ਤੇਰਾ ਫਰਜ਼ ਇਉਂ ਨਹੀਂ ਸੀ ਬਣਦਾ ਤੇਰੇ ਫਰਜ਼ ਇਉਂ ਬਣਦੇ ਆ ਕਦੇ ਜ਼ਿੰਮੇਵਾਰੀ ਦਾ ਸਹੀ ਪਾਲਣ ਕਰੋ ਤੂੰ ਤਾਂ ਆਪਦੇ ਨੰਬਰ ਬਣਾਉਣਾ ਤੇਰਾ ਤਾਂ ਮੈਂ ਕਹਿੰਦਾ ਭਾਈ ਤੁਸੀਂ ਬਣਾ ਲਓ ਨੰਬਰ ਯਾਰ ਤੁਸੀਂ ਸਾਰੇ ਜਣੇ ਨੰਬਰ ਵੜਾ ਲਓ ਜੀ ਤੁਸੀਂ ਉਹਦੀ ਲੋੜ ਹੀ ਨਾ ਮਹਿਸੂਸ ਕਰੋ ਤੁਸੀਂ ਆਪ ਕਰ ਲਿਆ ਕਰੋ ਸਾਰਾ ਕੁਝ ਹਾਂ ਬਿਲਕੁਲ ਅਗਲਾ ਕਿਉਂ ਰਾਇ ਲਵੇ ਮੈਂ ਤਾਂ ਇਸ ਗੱਲ ਦੇ ਹੱਕ 'ਚ ਵੀ ਨਹੀਂ ਟੈਣਾ ਸਾਬ ਕਿ ਅਗਲਾ ਕਿਉਂ ਰਾਇ ਲਵੇ ਵੀ ਅਗਲੇ ਦੇ ਪੈਸੇ ਅਗਲੇ ਦੀ ਮਰਜ਼ੀ ਜਿੱਥੇ ਉਹਨੂੰ ਚੰਗਾ ਲੱਗੂਗਾ ਅਗਲਾ ਉੱਥੇ ਲਗਾ ਦੇਊਗਾ ਹਨਾ ਉਹ ਪਿੰਡ ਦੇ ਲਈ ਕੁਝ ਕਰਿਆ ਉਹਨੇ ਕੋਈ ਸਰਪੰਚੀ ਥੋੜੀ ਲੜਨੀ ਆ ਪਿੰਡ ਦੀਆਂ ਉਹਨੇ ਕੋਈ ਐਮਐਲਏ ਐਮਪੀ ਥੋੜੀ ਬੰਨਣਾ ਅਗਲੇ ਦਾ ਪਿੰਡ ਦੇ ਨਾਲ ਮੋਹ ਹੈ ਤੇ ਉਹ ਆ ਕੇ ਪੈਸੇ ਖਰਚ ਕਰ ਜਾਂਦੇ ਸੋ ਬੇਨਤੀ ਸਿਰਫ ਇੰਨੀ ਹੈ ਵੀ ਜਿਹੜੇ ਵੀ ਲੋਕ ਆਪਦੇ ਮੁਹੱਲੇ ਲਈ ਗਲੀ ਲਈ ਪਿੰਡ ਲਈ ਗ ਉਹਨਾਂ ਲੋਕਾਂ ਨੂੰ ਅਸੀਂ ਸਹਾਇਕ ਦੇ ਗਏ ਸਹਾਇਕ ਦਾ ਮਤਲਬ ਇਹੀ ਨਹੀਂ ਵੀ ਆਪਾਂ ਉਹਨਾਂ ਨੂੰ ਲੱਖ ਰੁਪਏ ਦੇ ਦੇ ਗਏ 10000 ਰੁਪਏ ਦੇ ਦੇ ਗਏ ਕੋਈ ਬੰਦਾ ਕਿਸੇ ਰੂਪ ਦੇ ਵਿੱਚ ਮਦਦ ਕਰ ਸਕਦਾ ਕੋਈ ਬੰਦਾ ਵਕਤ ਦੇ ਰੂਪ ਚ ਮਦਦ ਦੇ ਸਕਦਾ ਕੋਈ ਬੰਦਾ ਕਿਸੇ ਸਾਧਨ ਦੇ ਤੌਰ ਤੇ ਮਦਦ ਦੇ ਸਕਦਾ ਵੀ ਭਾਈ ਉਹਨਾਂ ਨੂੰ ਥਾਪੜਾ ਦੇ ਗਏ ਪਿੱਠ ਥਾਪੜ ਗਏ ਬੀਰ ਬਹੁਤ ਸੋਹਣਾ ਕੰਮ ਕੀਤਾ ਬਿਲਕੁਲ ਆਦੀ ਹਾਜ਼ਰ ਹੈ ਜੰਝਦਾ ਵਿੱਚ ਹਰਮਨਜੀਤ ਨੈਸ਼ਨਲ ਟੀਵੀ ਚੈਨਲਾਂ ਦੇ ਉੱਤੇ ਇੱਕੋ ਹੀ ਮੁੱਦਾ ਰਹਿ ਗਿਆ ਅਮਰਤਪਾਲ ਸਿੰਘ ਕਹਾਂ ਛੁਪਾ ਹੋਇਆ ਹੈ ਅਮਰਤਪਾਲ ਸਿੰਘ ਐਸੇ ਕੈਸੇ ਛੁਪ ਗਿਆ ਉਹ ਤਾਂ ਬਹੁਤ بڑا ਐਸੇ ਹੈ ਉਹ ਤਾਂ ਵੈਸੇ ਹੈ ਮੈਂ ਕਹਿਣਾ ਵੀ ਪੰਜਾਬ ਦੇ ਯਾਰ ਬਾਕੀ ਮੁੱਦੇ ਵੀ ਤਾਂ ਹੈਗੇ ਆ ਆਪ ਉਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ ਆ ਹੁਣ ਇੱਕ ਟੀਵੀ ਚੈਨਲ ਦੇ ਉੱਤੇ ਨਵੀਂ ਜਾਣਕਾਰੀ ਆਈ ਹੈ ਉਹ ਬੜੀ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਆ ਕਿ ਅਮਰਤਪਾਲ ਸਿੰਘ ਤੋਂ ਪੰਜਾਬ ਕੇਚੜ ਦੀ ਕਲਾ گاؤں ਵਿੱਚ ਸੁਪਾ ਹੁਆ ਹੈ। ਅਸਲ ਵਿੱਚ ਅਮਰਤਪਾਲ ਨੇ ਆਪਣੀ ਵੀਡੀਓ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਂ ਚੜਦੀ ਕਲਾ ਵਿੱਚ ਹਾਂ। ਉਹਨੇ ਇਹ ਗੱਲ ਕਹਿਤੀ ਤੇ ਉਹਨਾਂ ਨੇ ਸਮਝ ਲਿਆ ਵੀ ਚੜਦੀ ਕਲਾ ਪਿੰਡ ਦਾ ਨਾਂ ਹੋਣਾ ਕੋਈ। ਇਸ ਕਰਕੇ ਪਿੰਡ ਦੇ ਵਿੱਚ ਲੁਕਿਆ ਹੋਇਆ ਉਹ ਉਹ ਚੜਦੀ ਕਲਾ ਪਿੰਡ ਦੇ ਵਿੱਚ ਬਣਾਤਾ ਉਹਨਾਂ ਨੇ। ਜੀ। ਮਤਲਬ ਇਹ ਆ ਵੀ ਉਹਨਾਂ ਦੇ ਕੋਲੇ ਕੋਈ ਮੌਕਾ ਆਵੇ ਸਹੀ। ਉਹ ਨਿਤ ਨਵੀਂ ਛੁਰਲੀ ਛੜਦੇ ਆ ਤੇ ਅਮਰਤਪਾਲ ਸਿੰਘ ਸੱਚੀ ਮੁੱਚੀ ਬੁਝਾਰਤ ਬਣ ਗਿਆ। ਜਿਹੜੇ ਲੋਕ ਤਾਂ ਇਸ ਗੱਲ ਨੂੰ ਪਸੰਦ ਕਰਦੇ ਆ। ਵੀ ਅਮਰਤਪਾਲ ਸਿੰਘ ਪੁਲਿਸ ਦੇ ਕੋਲੇ ਹੀ ਹੈ ਇਹ ਗੱਲ ਕਹੀ ਜਾਵੇ ਉਹ ਉਹਨਾਂ ਲੋਕਾਂ ਨੂੰ ਮਾਰਾ ਚੱਗਾ ਕਹੀ ਜਾਂਦੇ ਜਿਹੜੇ ਇਹ ਗੱਲ ਕਹਿੰਦੇ ਵੀ ਭਾਈ ਹੜੇ ਤੱਕ ਲੱਭਿਆ ਨਹੀਂ ਹੂੰ ਤੇ ਜਿਹੜੇ ਲੋਕ ਇਹ ਗੱਲ ਕਹਿੰਦੇ ਵੀ ਉਹ ਪੁਲਿਸ ਦੇ ਹੱਥ ਨਹੀਂ ਆਇਆ ਤੇ ਉਹ ਦੂਜੀ ਧਿਰ ਨੂੰ ਗੱਲਾਂ ਕੱਢੀ ਜਾਂਦੇ ਆ ਸੋ ਇਸ ਕਰਕੇ ਪੰਜਾਬ ਦੇ ਵਿੱਚ 65 ਭੰਬਲ ਪੂਸਾ ਅਮਰਤਪਾਲ ਸਿੰਘ ਹੈ ਕਿੱਥੇ ਹੈ ਕਿਥੇ ਨਹੀਂ ਇਹ ਇੱਕ ਬਹੁਤ ਵੱਡੀ ਨਾ ਉਪਭਾਰਤ ਜੀ ਬਣ ਕੇ ਰਹੀ ਗੱਲ ਹਰ ਰੋਜ਼ ਨਵੀਂ ਤਸਵੀਰ ਸਾਹਮਣੇ ਆਉਂਦੀ ਹੈ ਕਦੀ ਕਹਿੰਦੇ ਆ ਉਹ ਜਗਾੜੂ ਰੇੜੀ ਤੇ ਵੇਖਿਆ ਕਦੀ ਕਹਿੰਦੇ ਛਤਰੀ ਲੈ ਕੇ ਜਾਂਦਾ ਵੇਖਿਆ ਕਦੀ ਕਹਿੰਦੇ ਨਵੀਂ ਜਾਣਕਾਰੀ ਆ ਗਈ ਜੀ ਮੇਰਠ ਦੇ ਵਿੱਚ ਆਟੋ ਤੇ ਦੇਖਿਆ ਗਿਆ ਉਹੀ ਕਹਿੰਦੀ ਹੈ ਵੀ ਹਰ ਰੋਜ਼ ਇੱਕ ਨਵੀਂ ਤਸਵੀਰ ਆਉਂਦੀ ਹੈ ਟਾਣਾ ਸਾਹਿਬ ਕਿਤੇ ਪੈਦਲ ਤੁਰਿਆ ਜਾਂਦਾ ਵੇਖਿਆ ਕਦੀ ਸਾਥੀ ਵੇਖਿਆ ਕਦੀ ਕਿਤੇ ਵੇਖਿਆ ਕਦੀ ਆਟੋ ਤੇ ਵੇਖਿਆ ਸਕੂਟਰ ਤੇ ਵੇਖਿਆ ਮੋਟਰਸਾਈਕਲ ਤੇ ਵੇਖਿਆ ਪਤਾ ਨਹੀਂ ਸਮਝ ਨਹੀਂ ਆਉਂਦੀ ਸਵੇਰੇ ਕਹਿਣਗੇ ਵੀ ਉਹ ਫਲਾਣੀ ਥਾਂ ਵੇਖਿਆ ਤੇ ਸ਼ਾਮ ਨੂੰ ਬਿਲਕੁਲ ਹੀ ਦੂਜੀ ਕਰ ਜੀ ਆਟੋ ਉਤੇ ਦੇਖਿਆ ਗਿਆ ਤੇ ਆਟੋ ਚਾਲਕ ਅਜੇ ਦੇ ਕੋਲੋਂ ਕਈ ਘੰਟੇ ਪੁਸ਼ਕਿਸ਼ ਕੀਤੀ ਗਈ ਆ ਤੇ ਆਟੋ ਚਾਲਕ ਨੇ ਕਿਹਾ ਜੀ ਕਿ ਮੈਨੂੰ ਨਹੀਂ ਪਤਾ ਕਿ ਉਹ ਅਮਰਤਪਾਲ ਸੀ ਹੂੰ ਪਰ ਅਧਿਕਾਰੀਆਂ ਨੇ ਇਹ ਗੱਲ ਕਹੀ ਆ ਵੀ ਉਹ ਅਮਰਤਪਾਲ ਸੀ ਅੱਛਾ ਤੇ ਇਸ ਗੱਲ ਦੇ ਲਈ ਹੁਣ ਅਗਲੀ ਪੜਤਾਲ ਜਾਰੀ ਹੈ ਕਹਿੰਦੇ ਵੀ ਉਹ ਕਿਤੇ ਨੇਪਾਲ ਦੇ ਵੱਲ ਨਾ ਭੱਜ ਗਿਆ ਹੋਵੇ ਅੱਛਾ ਜੀ ਪਹਿਲਾਂ ਹੁਸ਼ਿਆਰਪੁਰ ਉੱਤਰਾਖੰਡ ਨੇਪਾਲ ਤੇ ਫਿਰ ਔਰਲੇ ਪਾਸੇ ਤੇ ਫਿਰ ਪਰਲੇ ਪਾਸੇ ਐਦਾਂ ਦੀਆਂ ਗੱਲਾਂ ਹੀ ਚੱਲੀ ਜਾਣਗੀਆਂ ਪਰ ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ ਅੱਜ ਵੀ ਕਰਨਾ ਵੀ ਜੇਕਰ ਅਮਰਤਪਾਲ ਸਿੰਘ ਨਹੀਂ ਫੜਿਆ ਗਿਆ ਤਾਂ ਇਹਦੇ ਵਿੱਚ ਪੁਲਿਸ ਦੀ ناکਾਮੀ ਹੈ ਹੂੰ ਤੇ ਜੇਕਰ ਪੁਲਿਸ ਦੇ ਕੋਲੇ ਜਿਵੇਂ ਕਿ ਕੁਝ ਕੁ ਲੋਕ ਕਹਿ ਰਹੇ ਆ ਤਾਂ ਇਹਦੇ ਵਿੱਚ ਵੀ ਪੁਲਿਸ ਦੀ ناکਾਮੀ ਹੈ ਵੀ ਨਸ਼ਰਤਾ ਇਹੀ ਗੱਲ ਹੋਈ ਹੈ ਹਲੇ ਤੱਕ ਫੜਿਆ ਨਹੀਂ ਗਿਆ ਹੂੰ ਸੋ ਵਕਤ ਦੱਸੋਗਾ ਵੀ ਇਹ ਮਾਮਲਾ ਕਿਹੜਾ ਮੋੜ ਕੱਟਦਾ ਪਰ ਰਾਜਨੀਤੀ ਇੱਥੇ ਹੀ ਮੁੱਕ ਜਾਂਦੀ ਹੈ 16 ਮਿੰਟ ਹੋ ਗਏ ਤੇ ਇੱਥੋਂ ਹੀ ਸ਼ੁਰੂ ਹੁੰਦੀ ਹੈ ਜੀ ਬਿਲਕੁਲ ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਆਪ ਕਿਆਫੇ ਲਾਉਂਦੇ ਨੇ ਕਿ ਐ ਨਹੀਂ ਐ ਹੈ ਇਦਾਂ ਨਹੀਂ ਇਦਾਂ ਹੈ ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਕਿਆਫੇ ਅੰਦਾਜ਼ੇ ਨਹੀਂ ਲਾਉਣੇ ਚਾਹੀਦੇ ਕਿਉਂਕਿ ਦੇਖੋ ਸੱਚ ਕਦ ਨਾ ਕਦੇ ਤਾਂ ਸਾਹਮਣੇ ਆ ਹੀ ਜਾਣਾ ਹਕੀਕਤ ਕਦ ਨਾ ਕਦੇ ਸਾਹਮਣੇ ਆ ਜਾਊਗੀ ਜੋ ਵੀ ਹੋਊਗੀ ਹੈਨਾ ਸੋ ਉਸ ਤੋਂ ਪਹਿਲਾਂ ਹੀ ਕਿਸੇ ਨੂੰ ਗਾਲਾਂ ਕੱਢੀ ਜਾਣੀਆਂ ਫਲਾਣਾ ਇਦਾਂ ਹੈ ਢਿੰਗੜਾ ਇਦਾਂ ਹੈ ਅਸੀਂ ਜਿੱਤ ਗਏ ਹਾਂ ਅਸੀਂ ਹਾਰ ਗਏ ਹਾਂ ਇਦਾਂ ਹੋ ਗਿਆ ਉਦਾਂ ਹੋ ਗਿਆ ਇਹ ਸਾਰੀਆਂ ਗੱਲਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਇਹਦੇ ਨਾਲ ਕੀ ਹੋ ਜਾਊਗਾ ਕੋਈ ਕਿਸੇ ਨੂੰ ਗਾਲ ਕੱਢ ਦੂਗਾ ਦੂਜਾ ਬਦਲੇ ਦੇ ਵਿੱਚ ਦੋ ਕੱਢ ਦਊਗਾ ਇਹ ਇਹ ਗਾਲਾਂ ਕੱਢਣ ਨਾਲ ਮਸਲੇ ਹੱਲ ਥੋੜੀ ਹੁੰਦੇ ਹੁੰਦੇ ਆ ਬਿਲਕੁਲ ਤੇ ਅਗਲੀ ਗੱਲ ਇਹ ਵੀ ਅਮਰਤਪਾਲ ਸਿੰਘ ਦੀ ਧਰਮ ਪਤਨੀ ਨੇ ਇਹ ਗੱਲ ਕਹੀ ਆ ਕਿਰਨਦੀਪ ਕੌਰ ਨੇ ਉਹਨਾਂ ਨੇ ਕਿਹਾ ਜੀ ਕਿ ਅਮਰਤਪਾਲ ਸਿੰਘ ਮੇਰੀ ਨਜ਼ਰ ਦੇ ਵਿੱਚ ਬੇਖਸੂਰ ਆ ਅੱਛਾ ਜੀ ਅਮਰਤਪਾਲ ਸਿੰਘ ਜਿੱਥੇ ਵੀ ਹੈ ਤੇ ਉਹਨੂੰ ਸਾਹਮਣੇ ਆਉਣਾ ਚਾਹੀਦਾ ਜਾਂ ਜਕਰ ਫੜਿਆ ਹੈ ਤਾਂ ਉਹਨੂੰ ਸਾਹਮਣੇ ਪੇਸ਼ ਕਰਨਾ ਚਾਹੀਦਾ ਤੇ ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਆਈਆਂ ਵੀਜ਼ਾ ਲੈ ਕੇ ਆਈਆਂ ਤੇ ਉਹਨੇ ਗੱਲ ਕਹੀ ਹੈ ਜੀ ਕਿ ਮੈਂ ਵਿਆਹ ਕਰਵਾਇਆ ਤੇ ਮੈਂ ਉਹਦੀ ਸਦਰਾਂ ਨਹੀਂ ਸਾਥਣ ਆ ਤੇ ਮੈਨੂੰ ਨਹੀਂ ਲੱਗਦਾ ਵੀ ਪਾਈ ਅਮਰਤਪਾਲ ਨੇ ਕੋਈ ਬਹੁਤ ਵੱਡਾ ਕਸੂਰ ਕਰ ਦਿੱਤਾ ਸੋ ਸਭ ਦੇ ਭਾਈ ਆਪੋ ਆਪਣੇ ਵਿਚਾਰ ਆ ਕੋਈ ਇਸ ਮਸਲੇ ਤੇ ਕਿਸੇ ਨੂੰ ਕੁਝ ਕਹੀ ਜਾਂਦਾ ਕੋਈ ਕਿਸੇ ਨੂੰ ਕੁਝ ਕਹੀ ਜਾਂਦਾ ਪਰ ਸਰਕਾਰੇ ਦਰਬਾਰੇ ਵੀ ਸਿਰਫ ਇਸੇ ਗੱਲ ਦੀ ਚਰਚਾ ਤੁਸੀਂ ਦੇਖੋ ਵੀ 16 ਨੰਨਾ ਤੋਂ ਪੰਜਾਬ ਦੇ ਕਿਸੇ ਮੁੱਦੇ ਤੇ ਚਰਚਾ ਹੋਈ ਹੈ ਨਹੀਂ ਪੰਜਾਬ ਦੇ ਵਿੱਚ ਸੜਕਾਂ ਕਿਵੇਂ ਆ ਕੋਈ ਚਰਚਾ ਨਹੀਂ ਪੰਜਾਬ ਦੇ ਵਿੱਚ ਵਿਕਾਸ ਦੇ ਕੰਮ ਕਿਵੇਂ ਕੋਈ ਚਰਚਾ ਨਹੀਂ ਪੰਜਾਬ ਦੇ ਵਿੱਚ ਕੀਤੇ ਹੋਏ ਵਾਅਦੇ ਕਿੰਨੇ ਪੂਰੇ ਹੋ ਗਏ ਕਿੰਨੇ ਕੁ ਪੂਰੇ ਹੋ ਜਾਣਗੇ ਕੋਈ ਚਰਚਾ ਨਹੀਂ ਜ਼ਿਲਹੰਦਰ ਦੀ ਜ਼ਮੀਨੀ ਚੋਣ ਦੇ ਬਾਰੇ ਕੋਈ ਚਰਚਾ ਨਹੀਂ ਸਿਰਫ ਅਮਰਤਪਾਲ 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 ਬਸ ਆਹੀ ਗੱਲ ਰਹੀ ਜੀ ਬਿਲਕੁਲ ਸਹੀ ਹੈ ਲਾਡੀ ਹਾਜ਼ਰ ਹੈ ਚੰਚਦਾ ਵੀ ਚਾਹ ਹਰਮਨਜੀ ਗਾਇਕ ਬੱਬੂ ਮਾਨ ਦੇ ਵੱਲੋਂ ਨਾ ਇੱਕ ਪੋਸਟ ਪਾ ਕੇ ਤੇ ਆਪਦੇ ਵਿਚਾਰ ਰੱਖੇ ਗਏ ਆ ਇਹਨਾਂ ਵਿਚਾਰਾਂ ਨੂੰ ਕਈ ਲੋਕਾਂ ਨੇ ਸਲਾਹਿਆ ਹੈਗਾ ਤੇ ਕਈਆਂ ਨੇ ਇਹਦੇ ਉੱਤੇ ਵੀ ਕਿੰਤੂ ਪ੍ਰੰਤੂ ਕੀਤੀ ਹੈ ਜੀ ਬਬੂ ਮਾਨ ਨੇ ਗੱਲ ਕਹੀ ਹੈ ਕਿ ਮੇਰੀ ਸਾਰੇ ਹੀ ਭੈਣ ਭਰਾਵਾਂ ਨੂੰ ਸਿਨਮਰ ਬੇਨਤੀ ਹੈ ਕਿ ਮੇਰੀ ਫੋਟੋ ਲਾ ਕੇ ਜਾਂ ਮੇਰੇ ਨਾਂ ਦੇ ਉੱਤੇ ਖਾਤਾ ਬਣਾ ਕੇ ਤੇ ਕਿਸੇ ਦੇ ਬਾਰੇ ਵਿੱਚ ਕੋਈ ਮਾੜੇ ਚੰਗੇ ਸ਼ਬਦਾਂ ਦੀ ਵਰਤੋਂ ਨਾ ਕੀਤੀ ਜਾਵੇ ਜੇਕਰ ਕੋਈ ਬੰਦਾ ਇਸ ਤਰੀਕੇ ਦੀ ਗੱਲਬਾਤ ਕਰੂਗਾ ਤਾ ਭਾਈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ ਹੂੰ ਤੇ ਮੈਨੂੰ ਤਾਂ ਲੱਗਦਾ ਭਾਈ ਇਹ ਵੀ ਭਾਈ ਬਿਲਕੁਲ ਠੀਕ ਗੱਲ ਹੈਗੀ ਹੈ ਕਿਉਂਕਿ ਇਹ ਆ ਵੀ ਤੁਹਾਡੀ ਫੋਟੋ ਨੂੰ ਕੋਈ ਵਰਤ ਕੇ ਮੇਰੀ ਫੋਟੋ ਨੂੰ ਵਰਤ ਕੇ ਜਾਂ ਕਿਸੇ ਵੀ ਭੈਣ ਵੀਰ ਦੀ ਫੋਟੋ ਨੂੰ ਵਰਤ ਕੇ ਤੇ ਕਈ ਲੋਕ ਆਪਦੇ ਕੋਲੋਂ ਖਾਤੇ ਬਣਾ ਬਣਾ ਕੇ ਕਿਸੇ ਨੂੰ ਗਾਲਾਂ ਕੱਢੀ ਜਾਂਦੇ ਆ ਕਿਸੇ ਨੂੰ ਮਾੜਾ ਚੰਗਾ ਕਹੀ ਜਾਂਦੇ ਆ ਇਹ ਗੱਲਾਂ ਸਾਰੇ ਹੀ ਕਲਾਕਾਰਾਂ ਨੂੰ ਪਹਿਲਾਂ ਹੀ ਕਹਿਣੀਆਂ ਚਾਹੀਦੀਆਂ ਮੈਂ ਇਹ ਤਾਂ ਗੱਲ ਕਹਿ ਸਕਦਾ ਵੀ ਭਾਈ ਬੱਬੂ ਮਾਨ ਨੂੰ ਵੀ ਇਹ ਗੱਲ 5 ਸਾਲ ਪਹਿਲਾਂ 4 ਸਾਲ ਪਹਿਲਾਂ ਕਹਿਣੀ ਚਾਹੀਦੀ ਸੀ ਪਰ ਜੇ ਹੁਣ ਵੀ ਕਹੀ ਆ ਤਾਂ ਮਾੜੀ ਗੱਲ ਨਹੀਂ ਬਾਕੀ ਕਲਾਕਾਰਾਂ ਨੂੰ ਬਾਕੀ ਰਾਜਨੀਤਿਕ ਲੋਕਾਂ ਨੂੰ ਵੀ ਗੱਲ ਕਹਿਣੀ ਚਾਹੀਦੀ ਆ ਵੀ ਭਾਈ ਸਾਡੇ ਨਾਂ ਦੀ ਦੁਰਵਰਤੋਂ ਨਾ ਕਰੋ ਤੁਸੀਂ ਸਾਡੀ ਫੋਟੋ ਲਾ ਕੇ ਕਿਸੇ ਨੂੰ ਗਾਲਾਂ ਕਢੀ ਜਾਂਦੇ ਸਾਡਾ ਕਸੂਰ ਕੀ ਆ ਸਭ ਤੋਂ ਵੱਡੀ ਗੱਲ ਇਹ ਹੈ ਜਣਾ ਸਭ ਕੋਈ ਵੀ ਮਸ਼ਹੂਰ ਵਿਅਕਤੀ ਹੋਵੇ ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਹਨਾ ਚਾਹੇ ਕੋਈ ਗਾਇਕਾ ਗੀਤਕਾਰ ਆ ਚਾਹੇ ਸੰਗੀਤਕਾਰ ਆ ਚਾਹੇ ਨੇਤਾ ਹੈ ਚਾਹੇ ਕੋਈ ਵੀ ਆ ਹਨਾ ਹਰ ਕਿਸੇ ਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੀਦੀ ਹੈ ਕਿ ਭਾਈ ਜੇਕਰ ਮੇਰੀ ਫੋਟੋ ਦੀ ਦੁਰਵਰਤੋਂ ਕੀਤੀ ਜੇਕਰ ਮੇਰੇ ਕਿਸੇ ਬਿਆਨ ਨੂੰ ਤੁਸੀਂ ਐਵੇਂ ਹੀ ਕੁਝ ਹੋਰ ਬਣਾ ਕੇ ਪੇਸ਼ ਕੀਤਾ ਮੇਰੇ ਨਾਂ ਤੇ ਕਿਸੇ ਨੂੰ ਵੀ ਗਾਲਾਂ ਕੱਢੀਆਂ ਜਾਂ ਕੁਝ ਵੀ ਮੰਦਾ ਚੰਗਾ ਕਿਹਾ ਤਾਂ ਉਹਦੇ ਲਈ ਕਾਰਵਾਈ ਹੋਊਗੀ ਕਿਉਂਕਿ ਸਾਨੂੰ ਤੁਹਾਨੂੰ ਕਿਸੇ ਨੂੰ ਕੋਈ ਹੱਕ ਨਹੀਂ ਆ ਵੀ ਕਿਸੇ ਦਾ ਵੀ ਨਾਂ ਲੈ ਕੇ ਕਿਸੇ ਨੂੰ ਵੀ ਆਪਾਂ ਕੁਝ ਵੀ ਕਹੀ ਜਾਈਏ ਅੱਜ ਕੱਲ੍ਹ ਇਹ ਰੁਝਾਨ ਬਹੁਤ ਜ਼ਿਆਦਾ ਵੱਧ ਗਿਆ ਹੈ ਫੋਟੋ ਕਿਸੇ ਦੀ ਹੁੰਦੀ ਹੈ ਨਾ ਕਿਸੇ ਦਾ ਹੁੰਦਾ ਤੇ ਪ੍ਰਤੀਕਿਰਿਆ ਕੁਝ ਹੋਰ ਹੀ ਦੇ ਹੀ ਜਾਂਦੇ ਹੁੰਦੇ ਆ ਹਨਾ ਸੋ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਪਤਾ ਨਹੀਂ ਮੈਨੂੰ ਉਹਨਾਂ ਲੋਕਾਂ ਦੀ ਮਾਨਸਿਕਤਾ ਕਦੇ ਨਹੀਂ ਸਮਝ ਕਿਸੇ ਦੀ ਤਸਵੀਰ ਵਰਤ ਕੇ ਕਿਸੇ ਦਾ ਨਾਮ ਵਰਤ ਕੇ ਤੇ ਪ੍ਰਤੀਕਿਰਿਆ ਦੇਣਗੇ ਵੀ ਭਾਈ ਜੇ ਤੁਹਾਡੇ ਕੋਲ ਆਪਣਾ ਨਾਮ ਆਪਣੀ ਤਸਵੀਰ ਵਰਤ ਕੇ ਪ੍ਰਤੀਕਿਰਿਆ ਦੇਣ ਦੀ ਹਿੰਮਤ ਨਹੀਂ ਆ ਤਾਂ ਝੂਠੀ ਤੁਸੀਂ ਆਈਡੀ ਜਿਹੜੀ ਆ ਯੂਜ਼ ਕਰਕੇ ਝੂਠੇ ਜਿਹੜੇ ਨਾਮ ਜਿਹੜੇ ਉਹਨਾਂ ਨੂੰ ਵਰਤ ਕੇ ਤੇ ਫਿਰ ਪ੍ਰਤੀਕਿਰਿਆ ਦੇਣ ਚ ਮਾਣ ਕਦਾ ਹਸਲ ਕਰੀ ਜਾਂਦੇ ਹੋ ਅੱਜ ਕੱਲ ਪੰਜਾਬ ਦੇ ਕੁਝ ਕੁ ਲੋਕ ਇਸੇ ਗੱਲ ਦੇ ਵਿੱਚ ਹੀ ਸੂਰਮਗਤੀ ਮਹਿਸੂਸ ਕਰਦੇ ਆ। ਵੀ ਮੈਂ ਤਾਂ ਕਹਿਤਾ ਵੀ ਮੈਂ ਤਾਂ ਕਹਿਤਾ ਮੈਂ ਗਾਲ ਕੱਢਤੀ ਮੈਂ ਗਾਲ ਕੱਢ ਕੇ ਆਇਆ। ਮੇਰਾਂ ਕਾ ਪੰਜ ਆਈੜੀਆਂ ਚੱਲਦੀਆਂ। ਤੇ ਉਹ ਇਹ ਭੁੱਲ ਜਾਂਦੇ ਨੇ ਵੀ ਜਿਹੜੀ ਗਾਲ ਉਹਨਾਂ ਨੇ ਕੱਢੀ ਹੁੰਦੀ ਆ ਨਾ ਜਿੰਨੂੰ ਕੱਢੀ ਹੁੰਦੀ ਉਹ ਭਾਵੇਂ ਪੜੇ ਨਾ ਪੜੇ ਵੀ ਕਈ ਵਾਰ ਬੰਦਾ ਕਹਿੰਦਾ ਵੀ ਕੋਈ ਗੱਲ ਨਹੀਂ ਹਨਾ ਤੇ ਜਿਹਨੇ ਕੱਢੀ ਉਹ ਆਪ 10 ਵਾਰ ਪੜ ਲੈਂਦਾ ਵੀ ਇਹਨੂੰ ਲਾਈਕ ਕਿਹਨੇ ਕੀਤਾ ਇਹ ਤੇ ਕਮੈਂਟ ਕਿਹਨੇ ਕੀਤਾ ਇਹ ਕਹਿੰਨੇ ਕਹਿੰਨੇ ਵੇਖਿਆ। ਸੋ ਜਿਹੜੀ ਗਾਲ ਤੁਸੀਂ ਕੱਢਦੇ ਹੋ ਆਪ ਹੀ ਪੜ-ਪੜ ਖੁਸ਼ ਹੋਈ ਜਾਂਦੇ ਹੋ ਕਿਸੇ ਦਾ ਕੋਈ ਨਹੀਂ ਹੁੰਦਾ। ਅਗਲੀ ਗੱਲ ਇਹ ਆ ਵੀ ਕ ਏ ਵੀ ਸਹੀ ਹੈ ਠੀਕ ਆ ਇੱਕ ਮਿੰਟ ਚ ਇਹਨੂੰ ਐ ਕਹਿ ਦਿੱਤਾ ਕਮੈਂਟ ਚ ਉਹਨੂੰ ਐ ਕਹਿ ਦਿੱਤਾ ਮੈਨੂੰ ਕਈ ਬੰਦੇ ਕਹਿ ਰਹੇ ਕਿ ਬਈ ਯਾਰ ਤੁਹਾਨੂੰ ਕਮੈਂਟ ਚ ਐਂ ਕਿਹਾ ਮੈਂ ਕਹਿੰਦਾ ਕਈ ਜਾਣਦੇ ਫਿਰ ਕੀ ਹੁੰਦਾ ਉਹਨਾਂ ਨਾ ਕੀ ਫਰਕ ਪੈਂਦਾ ਜੀ ਤੁਸੀਂ ਆਪਣਾ ਪੱਖ ਰੱਖਤਾ ਤੁਸੀਂ ਆਪਣੇ ਵਿਚਾਰ ਰੱਖਤੇ ਹਾਂ ਉਹਦੇ ਕੋਲੇ ਜਿਹੋ ਜਿਹੀ ਸੀ ਉਹਨੇ ਰੱਖਤੇ ਇੰਨੀ ਗੱਲ ਆ ਨਾਲੀ ਗੱਲ ਇਹ ਆ ਨਾ ਟਾਣਾ ਸਾਹਿਬ ਜਿਹਦੇ ਇੱਥੇ ਜੋ ਹੋਊਗਾ ਉਹਨੇ ਉਹੀ ਜਾ ਕੇ ਵਰਤਣਾ ਹੈ ਨਾ ਤੁਸੀਂ ਚੰਗੇ ਜੇਕਰ ਚੰਗੀ ਚੀਜ਼ ਇੱਥੇ ਭਰੀ ਹੋਊਗੀ ਤਾਂ ਚੰਗਾ ਹੀ ਬੋਲੋਗੇ ਤਰਕ ਦੇ ਨਾਲ ਗੱਲ ਕਰੋਗੇ ਸ਼ਬਦਾਂ ਦਾ ਭੰਡਾਰ ਜਿਹੜਾ ਉਹਨੂੰ ਵਰਤ ਕੇ ਕਿਸੇ ਦੇ ਨਾਲ ਸਹਿਮਤ ਅਸਹਿਮਤੀ ਜਿਹੜੀ ਆ ਉਹ ਪ੍ਰਗਟ ਕਰੋਗੇ ਪਰ ਜੇ ਇੱਥੇ ਹੀ ਕੂੜਾ ਹੈ ਜੇਕਰ ਇੱਥੇ ਚੰਗੇ ਸ਼ਬਦਾਂ ਦਾ ਭੰਡਾਰ ਨਹੀਂ ਹੈ ਤਾਂ ਫਿਰ ਤਾਂ ਤੁਸੀਂ ਉੱਥੇ ਉਹੀ ਲਿਖੋਗੇ ਜੋ ਇੱਥੇ ਹੈ ਗੱਲ ਮੈਂ ਪਹਿਲਾਂ ਵੀ ਕਹੀ ਸੀ ਅੱਜ ਫਿਰ ਬੇਨਤੀ ਕਰਦਾ ਅਸੀਂ ਅਕਸਰ ਹੀ ਆਪਣੀਆਂ ਗੱਡੀਆਂ ਦੇ ਪਿੱਛੇ ਜਾਂ ਜਦੋਂ ਸੜਕ ਤੇ ਗੱਡੀਆਂ ਜਾਂਦੀਆਂ ਤਾਰਾਂ ਲੰਘਦੀਆਂ ਟਰੱਕ ਲੰਘਦੇ ਜਾਂ ਹੋਰ ਵੀਕਲ ਲੰਘਦੇ ਆ ਉਹਨਾਂ ਦੇ ਪਿੱਛੇ ਗਵਈਆਂ ਦੀਆਂ ਫੋਟੋਆਂ ਦੇਖਦੇ ਆ ਕੋਈ ਕਿਸੇ ਦਾ ਵੀ ਪ੍ਰਸ਼ੰਸਕ ਹੋ ਸਕਦਾ ਇਹ ਉਹਦੀ ਨਿੱਜੀ ਮਰਜ਼ੀ ਆ ਜੀ ਪਰ ਇੱਕ ਗੱਲ ਸੋਚ ਕੇ ਦੱਸੋ ਮੈਨੂੰ ਜਾਂ ਜੇਕਰ ਤੁਸੀਂ ਦੇਖੀ ਹੋਵੇ ਤਾਂ ਵੀ ਦੱਸੋ ਵੀ ਕਿਸੇ ਨੇ ਆਪਣੇ ਮਾਪੇ ਬਾਪ ਦੀ ਜਾਂ ਅਧਿਆਪਕ ਦੀ ਫੋਟੋ ਲਾਈ ਹੈ ਨਹੀਂ ਕਦੇ ਕਿਸੇ ਦੀ ਕਾਰ ਦੇ ਪਿਛਲੇ ਪਾਸੇ ਅਸਲ ਦੇ ਵਿੱਚ ਤਾਂ ਸਾਡੇ ਗੁਰੂ ਉਹੋ ਆ ਨਾ ਸਾਡੇ ਉਸਤਾਦ ਉਹੋ ਆ ਜੀ ਜਿਨ੍ਹਾਂ ਨੇ ਸਾਨੂੰ ਅੱਖਰ ਗਿਆਨ ਦਿੱਤਾ ਜਿਨ੍ਹਾਂ ਨੇ ਸਾਨੂੰ ਕੰਮ ਸਿਖਾਇਆ ਮਨ ਲੋ ਤੁਹਾਨੂੰ ਪੱਤਰਕਾਰੀ ਸਿਖਾਈ ਕਿਸੇ ਨੂੰ ਮਿਸਤਰੀ ਦਾ ਕੰਮ ਸਿਖਾਇਆ ਕਿਸੇ ਨੂੰ ਕੋਈ ਕੰਮ ਸਿਖਾਇਆ ਉਹਦਾ ਉਸਤਾਦ ਆ ਕੋਈ ਨਾ ਕੋਈ ਉਹਦੀ ਫੋਟੋ ਜਾਂ ਆਪਣੇ ਮਾਪੇ ਦਾ ਫੋਟੋ ਕਦੇ ਲਾਈ ਵੀ ਜਿਨ੍ਹਾਂ ਨੇ ਸਾਨੂੰ ਇਹ ਜਗ ਦਿਖਾਇਆ ਸਾਡੇ ਲਈ ਅਸਲ ਗੁਰੂ ਤਾਂ ਉਹ ਹੀ ਆ ਸਾਡੇ ਮਾਰਗਦਰਸ਼ਕ ਉਹੋ ਆ ਬਿਲਕੁਲ ਸਹੀ ਗਾ ਅਸੀਂ ਗਵਈਆਂ ਤੋਂ ਫਿਲਮੀ ਕਲਾਕਾਰਾਂ ਤੋਂ ਪ੍ਰਭਾਵਿਤ ਹੋ ਸਕਦੇ ਆ ਚਾਰ ਗਾਣੇ ਸੁਣ ਕੇ 40 ਗਾਣੇ ਸੁਣ ਕੇ 10 ਫਿਲਮਾਂ ਦੇਖ ਕੇ 20 ਫਿਲਮਾਂ ਦੇਖ ਕੇ ਪਰ ਜਿਨ੍ਹਾਂ ਨੇ ਤੁਹਾਨੂੰ ਦੁਨੀਆ ਦਿਖਾਈ ਆ ਕਦੇ ਉਹਨਾਂ ਨੂੰ ਵੀ ਇੰਨਾ ਸਨਮਾਨ ਦਿੱਤਾ ਜੀ ਤੇ ਬਹੁਤੀ ਵਾਰ ਇਹ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ ਟੇਣਾ ਸਾਹਿਬ ਹਾਲਾਂਕਿ ਮੈਂ ਸਾਰਿਆਂ ਨੂੰ ਇੱਕੋ ਰਸੇ ਨਹੀਂ ਬੰਨ੍ਹ ਰਹੀ ਪਰ ਇਹਨਾਂ ਫਿਲਮੀ ਹਸਤੀਆਂ ਦਾ ਕਰਕੇ ਇਹਨਾਂ ਗਾਇਕਾਂ ਦਾ ਕਰਕੇ ਕਈ ਵਾਰ ਅਸੀਂ ਆਪਣੇ ਮਾਪੇ ਪਨਾ ਵੀ ਲੜ ਪੈਂਦੇ ਹਾਂ ਉਹਨਾਂ ਨੂੰ ਵੀ ਬੰਦਾ ਚੰਗਾ ਬੋਲਦਿਆਂ ਵੀ ਲੈ ਐ ਕਿਵੇਂ ਹੈ ਤੁਹਾਨੂੰ ਨਹੀਂ ਪਤਾ ਹੈ ਇਦਾਂ ਹੈ ਉਦਾਂ ਹੈ ਠੀਕ ਹੈ ਥੋੜਾ ਜਿਹਾ ਮੈਨੂੰ ਲੱਗਦਾ ਜਨਰੇਸ਼ਨ ਗੈਪ ਹੁੰਦਾ ਤੁਸੀਂ ਪੀੜੀ ਦਾ ਫਾਸਲਾ ਜਿਹੜਾ ਉਹ ਹੁੰਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਮਾਪਿਆਂ ਨੂੰ ਇਹ ਕਹੀ ਵੀ ਤੁਹਾਨੂੰ ਨਹੀਂ ਪਤਾ ਕਬ ਕੁਛ ਮੈਨੂੰ ਹੀ ਪਤਾ ਹੈ ਇਹ ਕਦੇ ਨਹੀਂ ਹੁੰਦਾ ਉਹਨਾਂ ਨੇ ਵੀ ਜ਼ਿੰਦਗੀ ਦੇਖੀ ਹੈ ਉਹਨਾਂ ਨੇ ਵੀ ਬਹੁਤ ਸਾਰੇ ਤਜਰਬੇ ਹਾਸਲ ਕੀਤੇ ਨੇ ਤੇ ਉਹਨਾਂ ਤਜਰਬਿਆਂ ਦੇ ਵਿੱਚੋਂ ਹੀ ਤੁਹਾਨੂੰ ਗਿਆਨ ਦੇਣ ਦੀ ਜਿਹੜੇ ਬਾਪੂ ਨੇ ਤੁਹਾਨੂੰ ਮੋਢੇ ਤੇ ਬਿਠਾ ਕੇ ਮੇਲਾ ਦਿਖਾਇਆ ਹੂੰ ਜਿਹੜੇ ਬਾਪੂ ਨੇ ਤੁਹਾਨੂੰ ਝੂਟੇ ਮਾਟੇ ਕਰਾਏ ਆ ਜਿਨੇ ਉਂਗਲ ਫੜ ਕੇ ਤੁਰਨਾ ਸਿਖਾਇਆ ਜਿਹੜੀ ਬੇਬੇ ਨੇ ਤੁਹਾਨੂੰ ਆਪਦੀ ਕੱਖ ਦੇ ਵਿੱਚੋਂ ਜੰਮਿਆ ਹੂੰ ਜਿਹੜੀ ਬੇਬੇ ਨੇ ਤੁਹਾਨੂੰ ਆਪਣੀ ਛਾਤੀ ਦਾ ਦੁੱਧ ਪਿਆਇਆ ਬਿਲਕੁਲ ਉਹਦੀ ਵੀ ਫੋਟੋ ਲਾ ਲਿਆ ਕਰੋ ਕਦੇ ਕਦੇ ਤੁਸੀਂ ਦੁਨੀਆ ਭਰ ਦੇ ਕਿਸੇ ਵੀ ਗਵਈਏ ਤੋਂ ਪ੍ਰਭਾਵਿਤ ਹੋਵੋ ਕਿਸੇ ਲੀਡਰ ਤੋਂ ਪ੍ਰਭਾਵਿਤ ਹੋਵਾਂ ਕਿਸੇ ਫਿਲਮੀ ਕਲਾਕਾਰ ਤੋਂ ਪ੍ਰਭਾਵਿਤ ਹੋਵਾਂ ਪਰ ਆਪਦੇ ਮਾਪੇ ਤੇ ਆਪਣੇ ਅਧਿਆਪਕ ਤੇ ਜਿਨ੍ਹਾਂ ਨੇ ਤੁਹਾਨੂੰ ਕਿੱਤੇ ਬਾਰੇ ਦੱਸਿਆ ਤੁਹਾਨੂੰ ਰੋਟੀ ਦੇ लायक ਬਣਾਇਆ ਤੁਹਾਨੂੰ ਰੋਟੀ ਪਾਇਆ ਕਦੇ ਉਹਨੂੰ ਵੀ ਮਾਨਤਾ ਦੇ ਦੋ ਯਾਰ ਕਦੇ ਉਹਨੂੰ ਵੀ ਸਨਮਾਨ ਦੇ ਗਏ ਹੂੰ ਦਿੱਤਾ ਕਿਸੇ ਨੇ ਕੁਛ ਤੇ ਬੱਲੇ ਬੱਲੇ ਕਿਸੇ ਦੀ ਕਿਹੜੀ ਗੱਡੀ ਦੀਆਂ ਕਿਸ਼ਤਾਂ ਵਿਚਾਰਾ ਬਾਪੂ ਭਰਦਾ ਤੇ ਫਿਰ ਉਹਦੇ ਪਿੱਛੇ ਮੇਰੇ ਆਲਾ ਸਹੀ ਆ ਮੇਰੇ ਆਲਾ ਸਹੀ ਨਹੀਂ ਨਹੀਂ ਗੱਡੀ ਦੀਆਂ ਕਿਸ਼ਤਾਂ ਬਾਪੂ ਵਿਚਾਰਾ ਭਰਦਾ ਤੇ ਉਹਦੀ ਫੋਟੋ ਲਈ ਵੀ ਜਗ੍ਹਾ ਨਹੀਂ ਹੁੰਦੀ ਉਹਦੇ ਤੇ ਸਹੀ ਗੱਲ ਆ ਉਹ ਵੀ ਹਾਜ਼ਰ ਹੈ ਚੰਚਦਾ ਮੀਚਾ ਪ੍ਰਾਈਮ ਮਿੰਿਸਟਰ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚਾਹੀਦਾ ਵਿਚਾਰ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਆ ਬਿਲਕੁਲ ਹਰਮਨ ਜੀ ਬੰਨਣਾ ਇੱਕ ਬੰਦੇ ਨੇ ਸਲਾਹ ਭੇਜੀ ਹੈ ਜੀ ਚਲੋ ਮੈਂ ਨਾਂ ਤਾਂ ਨਹੀਂ ਲੈਂਦਾ ਫਿਰ ਉਹਨੇ ਐ ਜੇ ਥੋੜੀ ਜਿਹੀ ਆਪਦੀ ਹੱਦ ਤੱਕ ਜੀ ਸਮਝਣੀ ਹੈ ਮੈਨੂੰ ਕਹਿੰਦਾ ਵੀ ਸੱਚ ਬਿਆਨ ਕਰਿਆ ਕਰੋ ਅੱਛਾ ਜੀ ਮੈਂ ਕਿਹਾ ਵੀ ਕਿਵੇਂ ਜੇ ਸੱਚ ਬਿਆਨ ਕਰਿਆ ਕਰਗੇ ਮਾੜਾ ਜਿਹਾ ਦੱਸੋ ਤਾਂ ਸਹੀ ਜਿਵੇਂ ਉਹਨਾਂ ਨੂੰ ਠੀਕ ਲੱਗਦਾ ਹਾਂ ਕਹਿੰਦਾ ਨਹੀਂ ਜੀ ਮੈਨੂੰ ਨਹੀਂ ਪ ਅੱਛਾ ਜੀ ਮੈਂ ਕਹਿੰਦਾ ਦੱਸੋ ਵੀ ਉਦਾਹਰਨ ਵੀ ਦੇ ਦਿਨੋ ਵੀ ਐ ਰਿਆ ਕਰੋ ਕਹਿੰਦਾ ਉਦਾਂ ਹੀ ਮੇਰੇ ਮਨ ਦੇ ਵਿੱਚ ਆ ਵੀ ਤੁਸੀਂ ਸੱਚ ਨੇ ਰਹਿਣੇ ਰਿਆ ਕਰੋ ਮੈਂ ਕਿਹਾ ਜੀ ਫਿਰ ਤੁਹਾਨੂੰ ਜੇਲ ਪਤਾ ਹੀ ਨਹੀਂ ਵੀ ਭਾਈ ਕਿਵੇਂ ਰਹਿਣਾ ਚਾਹੀਦਾ ਫਿਰ ਪਹਿਲਾਂ ਆਪ ਰਿਆ ਕਰੋ ਹੂੰ ਜਾਂ ਫਿਰ ਤੁਸੀਂ ਇਹ ਕੋਈ ਜਿਹੜਾ ਮੇਰਾ ਸੱਚ ਆ ਇਹੀ ਆਖਰੀ ਸੱਚ ਆ ਹੂੰ ਕਿਉਂਕਿ ਹੋਦਰਾਂ ਵੀ ਤੁਹਾਡੇ ਗਵਾਂਡੀਆਂ ਦਾ ਸੱਚ ਹੋਰ ਹੋਵੇ ਤੁਹਾਡੀ ਮੰਮੀ ਦਾ ਸੱਚ ਹੋਰ ਹੋਵੇ ਪਾਪੇ ਦਾ ਸੱਚ ਤੇਰੇ ਸੱਚ ਨਾਲ ਮਿਲਣਾ ਖਾਂਦਾ ਹੋਵੇ ਵੀ ਸੱਚ ਤਾਂ ਸੱਚ ਆ ਜਾਂ ਤਾਂ ਕੁੱਲ ਵਰਤਾਰੇ ਦਾ ਸੱਚ ਹੋਵੇ। ਜਾਂ ਕੋਈ ਉਦਾਹਰਨ ਦਿਓ। ਜਾਂ ਕੋਈ ਉਦਾਹਰਨ ਦੇ ਦਿਓ। ਜੀ। ਕਹਿੰਦਾ ਮੇਰੇ ਖਿਆਲ ਦੇ ਮੁਤਾਬਕ ਮੇਰੇ ਖਿਆਲ ਮੁਤਾਬਕ ਵੀ ਸਰਕਾਰਾਂ ਚੰਗੀਆਂ ਨਹੀਂ। ਤੇ ਮੈਂ ਕਹੇ ਤਾਂ ਸੱਚ ਆ। ਜੀ। ਇਹ ਸੱਚ ਲੱਖ ਵਾਰੀ ਬਿਆਨ ਕੀਤਾ। ਹਾਂ। ਹੁਣ ਜਿਸ ਦਿਨ ਇਹ ਬਿਆਨ ਕੀਤਾ ਸੀ ਵੀ ਉਸ ਦਿਨ ਦਾ YouTube ਦਾ ਲਿੰਕ ਤੁਹਾਨੂੰ ਭੇਜ ਗਏ ਇਹ ਸਾਡੇ ਕੋਲ ਸਮਾ ਹੈ। ਜੀ ਨਾਲੇ ਗੱਲ ਇਹ ਹੈ ਜਨਾਬ ਸਾਹਿਬ ਸੱਚ ਕਦੇ ਵੀ ਮੇਰੇ ਹਿਸਾਬ ਨਾਲ ਨਹੀਂ ਹੁੰਦਾ। ਸੱਚ ਸੱਚ ਹੁੰਦਾ। ਅਸੀਂ ਅਕਸਰ ਮੈਂ ਨਾ ਇੱਥੇ ਇਹ ਗੱਲ ਅੱਜ ਜ਼ਰੂਰ ਕਹਿਣਾ ਚਾਹੁੰਦੀ ਹਾਂ ਜਟਨਾ ਸਾਬ ਅਕਸਰ ਅਸੀਂ ਇਹ ਸੁਣਦੇ ਆਂ ਮੀਡੀਆ ਦੇ ਸਿਰ ਦੇ ਉੱਪਰ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਕਹਿ ਦਿੱਤੀਆਂ ਜਾਂਦੀਆਂ ਇਹ ਵਿੱਕ ਗਏ ਹਨ ਵਕਾਊ ਹਨ ਗੋਦੀ ਮੀਡੀਆ ਹੈ ਇਹ ਮੀਡੀਆ ਹੈ ਮੀਡੀਆ ਚੰਗੀ ਭੂਮਿਕਾ ਨਹੀਂ ਨਿਭਾਉਂਦਾ ਹੈ ਮੀਡੀਆ ਜਿਹੜਾ ਆ ਉਹ ਆਪਣੀ ਚੰਗੀ ਤਰ੍ਹਾਂ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਹੈ ਸਾਰੀਆਂ ਗੱਲਾਂ ਮੰਨ ਲਈਆਂ ਠੀਕ ਹੈ ਤੁਸੀਂ ਕਹਿ ਦਿੱਤੀਆਂ ਪਰ ਕੀ ਅਸੀਂ ਜਦੋਂ ਮੀਡੀਆ ਦੇ ਵੱਲੋਂ ਸੱਚ ਦਿਖਾਇਆ ਜਾਂਦਾ ਹੈ ਕਿ ਮੀਡੀਆ ਦੇ ਵੱਲੋਂ ਜਦੋਂ ਸੱਚੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਜਦੋਂ ਮੀਡੀਆ ਤੁਹਾਨੂੰ ਸੱਚੇ ਰਾਹ ਤੋਰਨ ਦੀ ਕੋਸ਼ਿਸ਼ ਕਰਦਾ ਹੈ ਕਿ ਅਸੀਂ ਮੀਡੀਆ ਦਾ ਸਾਥ ਦੂ ਦਿੰਨੇ ਤੇ ਇੱਕ ਗੱਲ ਹੋਰ ਆ ਵੀ ਕਦੇ ਮੀਡੀਏ ਨੇ ਇਹ ਗੱਲ ਕਹੀ ਆ ਵੀ ਭਾਈ ਤੁਸੀਂ ਐ ਕਰੋ ਜੀ ਧਰਤੀ ਦੇ ਵਿੱਚ ਜ਼ਹਿਰਾਂ ਕੋਲੋਂ ਹਾਂ ਆਪਾਂ ਘੋਲਦੇ ਆਂ ਹਾਂ ਕਦੇ ਮੀਡੀਏ ਨੇ ਇਹ ਗੱਲ ਕਹੀ ਆ ਵੀ ਭਾਈ ਆਪਾਂ ਪਾਣੀ ਵੀ ਅਰਥ ਕਰਗੇ ਆਪਾਂ ਕਰਦੇ ਆ ਕਦੇ ਮੀਡੀਆ ਨੇ ਗੱਲ ਕਹੀ ਹੈ ਕਤਲ ਕਰੋ ਆਪਾਂ ਕਰਦੇ ਆ ਕਦੇ ਮੀਡੀਆ ਨੇ ਗੱਲ ਕਹੀ ਹੈ ਵੀ ਜਿਹੜੇ ਸੜਕ ਪਟਕੇ ਵਿਚਾਲੇ ਤੁਸੀਂ ਧਾਰਮਿਕ ਆਬ ਦਾ ਦਰਬਾਰ ਲਾ ਲਓ ਆਪਾਂ ਫਿਰ ਵੀ ਕਰਦੇ ਆ ਫਿਰ ਆਪਾਂ ਜਿਹੜੀਆਂ ਗੱਲਾਂ ਕਈਆਂ ਨਹੀਂ ਕਈਆਂ ਉਹ ਵੀ ਕਿਉਂ ਕਰਦੇ ਜੀ ਨਾਲੇ ਚਲੋ ਮੰਨ ਲਿਆ ਟੈਣਾ ਸਾਹਿਬ ਵੀ ਸਾਰਾ ਮੀਡੀਆ ਵੀ ਨਹੀਂ ਚੰਗਾ ਸਾਰਾ ਕੋਈ ਵੀ ਖੇਤਰ ਜਿਹੜਾ ਪੂਰਨ ਤੌਰ ਤੇ ਚੰਗਾ ਨਹੀਂ ਹੁੰਦਾ ਬਹੁਤ ਸਾਰੇ ਮਾੜੇ ਚੰਗੇ ਲੋਕ ਹਰ ਖੇਤਰ ਦੇ ਵਿੱਚ ਹੁੰਦੇ ਨੇ ਹਨਾ ਮੈਂ ਇਹ ਨਹੀਂ ਕਹਿ ਰਹੀ ਕਿ ਮੀਡੀਆ 100% ਹੀ ਦੁੱਧ ਤੋਤਾ ਹੈ ਬਹੁਤ ਚੰਗਾ ਹੈ ਠੀਕ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਹਰ ਕਿਸੇ ਤੋਂ ਹੁੰਦੀ ਹੈ ਬਹੁਤ ਤਰ੍ਹਾਂ ਦੇ ਲੋਕ ਪਾਏ ਜਾਂਦੇ ਨੇ ਹਰ ਇੱਕ ਖੇਤਰ ਦੇ ਵਿੱਚ ਪਰ ਹਰ ਇੱਕ ਨੂੰ ਇੱਕੋ ਰਸੇ ਬੰਨ੍ਹ ਦੇਣਾ ਜਾਂ ਉਸ ਸੱਚ ਦੀ ਉਮੀਦ ਕਰਨੀ ਜਿਹੜਾ ਮੈਨੂੰ ਚੰਗਾ ਲੱਗਦਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਮੇਰੇ ਪਰਿਵਾਰ ਨੂੰ ਠੀਕ ਲੱਗਦਾ ਤੇ মিডিਆ ਉਹੀ ਬੋਲੇ ਇਹ ਕਦੇ ਨਹੀਂ ਹੋ ਸਕਦਾ ਸਾਰਾ মিডিਆ ਚੰਗਾ ਨਹੀਂ ਸਾਰੇ ਗਵਈਏ ਚੰਗੇ ਨਹੀਂ ਸਾਰੇ ਵਪਾਰੀ ਚੰਗੇ ਨਹੀਂ ਸਾਰੇ ਨੇਤਾ ਚੰਗੇ ਨਹੀਂ ਸਾਰੇ ਸਾਰੇ ਚੰਗੇ ਨਹੀਂ ਹਾਂ ਅਸੀਂ ਇਹ ਸਾਰੇ ਆਪਾਂ ਵੀ ਚੰਗੇ ਨਹੀਂ ਨਹੀਂ ਆਪਾਂ ਕਿੰਨੇ ਕੁ ਚੰਗੇ ਆ ਅਸੀਂ ਕਿੰਨਾ ਕੁ ਸੱਚ ਨੂੰ ਹਜ਼ਮ ਕਰਦੇ ਹਾਂ ਤਾਂ ਹੀ ਮੀਡੀਆ ਸੱਚ ਪਰ ਇੱਕ ਨਵੀਂ ਜਾਣਕਾਰੀ ਆ ਗਈ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਨਵੇਂ ਖੁਲਾਸੇ ਕਰਤੇ ਹਮ ਉਹਨਾਂ ਨੇ ਕੀਤੀ ਇਹ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਉਹਦੇ ਵਿੱਚ ਇੱਕ ਤਾਂ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੀ ਸਰਕਾਰ ਜਿਹੜੀਆਂ ਬਰਬਾਦ ਹੋਈਆਂ ਫਸਲਾਂ ਦਾ ਵੱਡ ਤੋਂ ਵੱਡ ਤੇ ਸੀਤੀ ਤੋਂ ਸ਼ੀਤੀ ਮੁਆਵਜ਼ਾ ਦੇਵੇ ਹਮ ਫਿਰ ਉਹਨਾਂ ਨੇ ਨਵੀਆਂ ਗੱਲਾਂ ਕਹੀਆਂ ਉਹ ਕਹਿੰਦੇ ਵੀ ਸੰਯੁਕਤ ਸਮਾਜ ਮੋਰਚਾ ਜਿਹੜਾ ਚੋਣਾ ਲੜਨ ਵਾਸਤੇ ਬਣਾਇਆ ਸੀ ਮੈਂ ਤਾਂ ਬਣਾਇਆ ਹੀ ਨਹੀਂ ਹੂੰ ਧੋਖਾ ਹੋਇਆ ਅੱਛਾ ਜੀ ਧੱਕਾ ਹੋਇਆ ਜ਼ਿਆਰਤੀ ਹੋ ਗਈ ਆ ਉਹ ਕਹਿੰਦੇ ਵੀ ਇੱਕ ਵਾਰ ਅਸੀਂ ਪ੍ਰੈਸ ਕਾਨਫਰੰਸ ਕਰੀ ਜਾਂਦੇ ਸੀ ਤਾਂ ਮਗਰਲੇ ਪਾਸੇ ਲਿਆ ਕੇ ਬੋਰਡ ਖੜਾ ਕਰਤਾ ਵੀ ਸੰਯੁਕਤ ਸਮਾਜ ਮੋਰਚਾ ਅੱਛਾ ਜੀ ਉਹ ਕਹਿੰਦੇ ਅਸੀਂ ਤਾਂ ਰਾਜਨੀਤੀ ਦੇ ਵਿੱਚ ਆਉਣਾ ਹੀ ਨਹੀਂ ਸੀ ਚਾਹੁੰਦੇ ਨਾ ਮੇਰੀ ਕਿਸੇ ਨੇ رائے ਲਈ ਨਾ ਉਮੀਦਵਾਰ ਅੜਨ ਦੇ ਮੌਕੇ ਮੇਰੀ رائے ਲਈ ਨਾ ਹੀ ਮੈਂ ਚਾਹੁੰਦਾ ਸੀ ਕਿ ਮੈਂ ਚੋਣ ਲੜਾ ਲੜਵਾਈ ਗਈ ਆ ਧੱਕੇ ਨਾਲ ਚੋਣ ਲੜਵਾਈ ਗਈ ਆ ਜਦੋਂ ਮੈਦਾਨ 'ਚ ਕੁੱਦ ਪਏ ਫਿਰ ਕਹਿੰਦੇ ਰੁਕਜੋ ਹੂੰ ਇੰਨਾਕ ਬਹੁਤ ਸੀ ਕਹਿੰਦੇ ਫਿਰ ਮੈਂ ਆਖਿਆ ਵੀ ਯਾਰ ਐਂਓ ਥੋੜੀ ਆ ਵੀ ਅੱਗੇ ਹੋ ਕੇ ਪਿੱਛੇ ਨੂੰ ਹੋ ਜੀ ਗਈ ਹੂੰ ਫਿਰ ਮੈਂ ਆਖਿਆ ਹੁਣ ਤਾਂ ਟੋਣ ਲੜਾਂਗੇ ਸੋ ਉਹਨਾਂ ਨੇ ਇਹ ਗੱਲਾਂ ਕਹੀਆਂ ਵੀ ਭਾਈ ਜਿਹੜੇ ਉਦੋਂ ਲੋਕ ਸੀ ਸੰਯੁਕਤ ਸਮਾਜ ਮੋਰਚੇ ਵਾਲੇ ਉਹਨਾਂ ਦੇ ਵਿੱਚੋਂ ਸਾਰੇ ਭਗੋੜੇ ਹੋ ਗਏ ਵਿਰਲਾਟਾ ਮਾ ਕੋਈ ਰਹਿ ਗਿਆ ਹੂੰ ਉਹ ਕਹਿੰਦੇ ਵੀ ਬੰਦੇ ਹੈ ਕਿੱਥੇ ਆ ਨਾ ਤਾਂ ਉਹਨਾਂ ਨੇ ਕਿਸੇ ਦਾ ਨਹੀਂ ਲਿਆ ਪਰ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਕਿਹਾ ਜੀ ਪਰ ਗੱਲ ਇਹ ਹੈ ਜੀ ਕਿ ਇਸ ਵੇਲੇ ਕਿਸਾਨੀ ਦੀ ਏਕਤਾ ਦੀ ਵੀ ਲੋੜ ਹੈ ਕਿਸਾਨ ਯੂਨੀਅਨ ਇੱਕੇ ਦੇ ਵਿੱਚ ਰਹਿਣ ਤੇ ਜੇਕਰ ਪਵੈਖ ਦੇ ਵਿੱਚ ਵੀ ਕਦੇ ਕੋਈ ਸੰਘਰਸ਼ ਕਰਨਾ ਪੈਂਦਾ ਉਦੋਂ ਵੀ ਸਾਡੇ ਸਿਰ ਜੁੜੇ ਹੋਣਗੇ ਜੀ ਜੀ ਬਿਲਕੁਲ ਗੱਲ ਇਹ ਹੈ ਟਾਣਾ ਸਾਹਿਬ ਜਦੋਂ ਮੁੱਦਾ ਆ ਜਾਂਦਾ ਕਿਸਾਨੀ ਦਾ ਉਦੋਂ ਕੋਈ ਵੀ ਇਹ ਨਹੀਂ ਹੁੰਦਾ ਵੀ ਇਹ ਫਲਾਣਾ ਹੀ ਜੱਥੇਬੰਦੀ ਤੋਂ ਹੈ ਇਹ ਫਲਾਣੇ ਜੱਥੇਬੰਦੀ ਤੋਂ ਹੈ ਇਹ ਬੰਦਾ ਜਿਹੜਾ ਆ ਇਹ ਫਲਾਣੇ ਨੂੰ ਮੰਨਦਾ ਹੈ ਫਲਾਣੇ ਨੂੰ ਆਪਣਾ ਆਗੂ ਮੰਨਦਾ ਉਦੋਂ ਇਹ ਗੱਲਾਂ ਜਿਹੜੀਆਂ ਬਹੁਤ ਪਿੱਛੇ ਰਹਿ ਜਾਂਦੀਆਂ ਉਦੋਂ ਮੁੱਦਾ ਕਿਸਾਨੀ ਦਾ ਹੁੰਦਾ ਤੇ ਸਮੁੱਚੇ ਕਿਸਾਨਾਂ ਦਾ ਹੁੰਦਾ ਤੇ ਦੋ ਹਰ ਇੱਕ ਨੂੰ ਸਿਰ ਜੋੜ ਕੇ ਫਿਰ ਵਿਚਾਰ ਕਰਨਾ ਚਾਹੀਦਾ ਹੈ ਦੂਸਰੀ ਗੱਲ ਇਹ ਲੋਕਾਂ ਦੀ ਇਹ ਪ੍ਰਤੀਕਿਰਿਆ ਵੀ ਸਾਹਮਣੇ ਆ ਰਹੀ ਹੈ ਟਾਣਾ ਸਾਹਿਬ ਕਿ ਆਖਰਕਾਰ ਬਲ ਹੂੰ ਲੰਮਾ ਸਮਾਂ ਹੋ ਗਿਆ ਜੇਕਰ ਬੋਰਡ ਪਿੱਛੇ ਉਦੋਂ ਲਗਾ ਦਿੱਤਾ ਗਿਆ ਸੀ ਤਾਂ ਉਦੋਂ ਹੀ ਕਿਉਂ ਨਹੀਂ ਰੋਕਿਆ ਗਿਆ ਵੀ ਭਾਈ ਇਹ ਬੋਰਡ ਇੱਥੇ ਨਹੀਂ ਲੱਗਣਾ ਚਾਹੀਦਾ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਜਾਂ ਜਿਹੜੇ ਵਿਚਾਰ ਉਹ ਅੱਜ ਪ੍ਰਗਟ ਕਰ ਰਹੇ ਨੇ ਵੀ ਮੈਨੂੰ ਧੱਕੇ ਦੇ ਨਾਲ ਚੋਣ ਜਿਹੜੀ ਆ ਉਹ ਲੜਵਾਈ ਗਈ ਮੈਨੂੰ ਧੱਕੇ ਦੇ ਨਾਲ ਇਸ ਖੇਤਰ ਦੇ ਵਿੱਚ ਭੇਜਿਆ ਗਿਆ ਇਹ ਸਾਰੀਆਂ ਗੱਲਾਂ 1 ਸਾਲ ਪਹਿਲਾਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਵੱਲੋਂ ਕਿਉਂ ਨਹੀਂ ਕੀਤੀਆਂ ਗਈਆਂ ਸੋ ਲੋਕ ਇਹਨਾਂ ਬਿਆਨਾਂ ਨੂੰ ਇਹਨਾਂ ਗੱਲਾਂ ਨੂੰ ਮੰਨ ਕੇ ਰਾਜ਼ੀ ਨਹੀਂ ਹੈਗੇ ਬਿਲਕੁਲ ਸਹੀ ਉਹ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਹਰਮਨ ਜੀ ਦੁਨੀਆ ਦੇ ਵਿੱਚ ਲਾਲਚੀ ਲੋਕ ਅੱਗੇ ਤੋਂ ਅੱਗੇ ਪਏ ਆ ਜੀ ਲਾਲਚ ਵੀ ਸਿਰ ਚੜ੍ਹ ਕੇ ਬੋਲਦਾ ਤੇ ਮੈਂ ਤਾਂ ਕਦੇ-ਕਦੇ ਇਸ ਮਾਮਲੇ ਦੇ ਵਿੱਚ ਨਾ ਨਿਸ਼ਬਦ ਜਿਹਾ ਹੋ ਜਾਂਦਾ ਵੀ ਕਹੀਏ ਕੀ ਆ ਹੁਣ ਇੱਕ ਡੇਰਾ ਬੱਸੀ ਦੇ ਹਸਪਤਾਲ ਦੀ ਨਵੀਂ ਕਰਤੂਤ ਸਾਹਮਣੇ ਆਈ ਆ ਜੀ ਪਤਾ ਲੱਗਾ ਵੀ ਇੱਥੇ ਕਿਡਨੀ ਵੇਚਣ ਦਾ ਤੇ ਪੈਸਿਆਂ ਦੇ ਲੈਣ ਦੇਣ ਦਾ ਰੌਲਾ ਪੈ ਗਿਆ ਆਹਾਂ ਦੇਖੋ ਆਪਾਂ ਇਹ ਗੱਲ ਕਹਿੰਨੇ ਵੀ ਭਾਈ ਅੰਗਦਾਨ ਕਰੋ ਬਿਲਕੁਲ ਕਰਨੇ ਚਾਹੀਦੇ ਆ ਪਰ ਮਜਬੂਰੀ ਦੇ ਵਿੱਚ ਅੰਗਦਾਨ ਕੀਤੇ ਜਾਣ ਇਹ ਇੱਕ ਬਹੁਤ ਵੱਡਾ ਸਵਾਲ ਸਾਡੇ ਪ੍ਰਬੰਧਾਂ ਦੇ ਉੱਤੇ ਸਾਡੇ ਸਿਸਟਮ ਦੇ ਉੱਤੇ ਆ ਜੀ ਕੋਈ ਬੰਦਾ ਖੂਨਦਾਨ ਕਰਦਾ ਬਿਲਕੁਲ ਬਹੁਤ ਵਧੀਆ ਗੱਲਾਂ ਕਰਨਾ ਚਾਹੀਦਾ ਪਰ ਜੇਕਰ ਕੋਈ ਬੰਦਾ ਖੂਨ ਵੇਚੇ ਤਾਂ ਇਹ ਸਵਾਲ ਹੋ ਗਿਆ ਖੜਾ ਜੀ ਬਿਲਕੁਲ ਕੋਈ ਬੰਦਾ ਅੱਖਾਂਦਾਨ ਕਰੇ ਇਹ ਗੱਲ ਬਿਲਕੁਲ ਵਾਜਬ ਆ ਪਰ ਮਜਬੂਰੀ ਦੇ ਵਿੱਚ ਕਰੇ ਤਾਂ ਇਹ ਇੱਕ ਸਵਾਲ ਬਹੁਤ ਵੱਡਾ ਕੋਈ ਬੰਦਾ ਆਪਦੇ ਅੰਗਦਾਨ ਕਰੇ ਮੌਤ ਤੋਂ ਬਾਅਦ ਕਰਦੇ ਕਈ ਪਰਿਵਾਰਕ ਮੈਂਬਰ ਪਰ ਜੇਕਰ ਕਿਸੇ ਨੂੰ ਕਿਡਨੀ ਵੇਚਣੀ ਪਵੇ ਤਾਂ ਫਿਰ ਇੱਕ ਬਹੁਤ ਵੱਡਾ ਸਿਸਟਮ ਦੇ ਉੱਤੇ ਸਵਾਲ ਹੈ। ਸਵਾਲ ਹੈ ਬਿਲਕੁਲ। ਸੋ ਆ ਇੱਕ ਸਵਾਲ ਬਹੁਤ ਵੱਡਾ ਖੜਾ ਹੋਇਆ ਕਿਉਂਕਿ ਡੇਰਾ ਬੱਸੀ ਦੇ ਵੱਲ ਇਹ ਖਬਰ ਆਈਆ ਹਸਪਤਾਲ ਤੋਂ ਵੀ ਇਥੇ ਕਪਲ ਨਾਂ ਦਾ ਇੱਕ 27-28 ਸਾਲ ਦਾ ਨੌਜਵਾਨ ਆ। ਹੂੰ ਉਹਦੇ ਸਿਰ ਦੇ ਉੱਤੇ ਕਰਜ਼ਾ। ਅੱਛਾ ਜੀ। ਉਹਦੇ ਕੋਲੋਂ ਕਿਡਨੀ ਲੈਣੀ ਸੀ ਕਿਸੇ ਹਸਪਤਾਲ ਨੇ ਸੰਪਰਕ ਕੀਤਾ ਵੀ ਭਾਈ ਤੂੰ ਕਿਡਨੀ ਦੇ ਦੇ। ਉਹ ਕਹਿੰਦੇ ਵੀ 4 ਲੱਖ ਰੁਪਏ ਦੇਵਾਂਗੇ ਕਿਡਨੀ ਦੇ ਦੇ। ਉਹਨੇ ਨਹੀਂ ਦਿੱਤੀ। ਉਹ ਕਹਿੰਦਾ ਵੀ ਨਹੀਂ ਪੈਸੇ ਥੋੜੇ ਆ। ਲੋਜੀ ਕੁਝ ਕੁ ਮਹੀਨੇ ਬਾਅਦ ਉਹਨੂੰ ਹਸਪਤਾਲ ਦੇ ਵਿੱਚੋਂ ਫੇਰ ਫੋਨ ਆਉਂਦਾ ਕਹਿੰਦੇ ਵੀ 10 ਲੱਖ ਰੁਪਏ ਦੇ ਦਾਂਗੇ ਉਹ ਆ ਗਿਆ ਲੈ ਲਓ ਹਮ ਲਿਖਤ ਪੜਤ ਵੀ ਹੋਗੀ ਹਸਪਤਾਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਲਿਖਤ ਪੜਤ ਕੀਤੀ ਵੀ ਜਿਹੜਾ ਇਹ ਕਿਡਨੀ ਦੇਣ ਵਾਲਾ ਕਪਲ ਆ ਇਹ ਕਿਡਨੀ ਲੈਣ ਵਾਲੇ ਵਿਅਕਤੀ ਦਾ ਪੁੱਤ ਆ ਅੱਛਾ ਜੀ ਕਿਉਂਕਿ ਇਹ ਬਲੱਡ ਰਿਲੇਸ਼ਨ ਦੇ ਵਿੱਚ ਦਿਖਾਉਣਾ ਸੀਗਾ ਵੀ ਇਹ ਉਹਦਾ ਪੁੱਤ ਆ ਪਰ 10 ਲੱਖ ਦੀ ਗੱਲ ਹੋਈ ਤੇ 4.5 ਲੱਖ ਰੁਪਏ ਉਹਨੂੰ ਦਿੱਤਾ ਹਮ ਕਿਡਨੀ ਵੀ ਲੈ ਲਈ ਫਿੱਟ ਵੀ ਕਰਤੀ ਦੂਜੇ ਨੇ ਹਮ ਪਰ ਰੌਲਾ ਪੈ ਗਿਆ ਪੈਸਿਆਂ ਦਾ 5.5 ਲੱਖ ਰੁਪਇਆ ਘਟ ਜਦੋਂ ਮਿਲਿਆ ਤੇ ਉਹਨੇ ਫਿਰ ਫੋਨ ਕਰਤਾ ਤੇ ਫੋਨ ਤੋਂ ਬਾਅਦ ਨਵੀਆਂ ਜਾਣਕਾਰੀਆਂ ਆ ਗਈਆਂ ਤਿੰਨ ਲੋਕਾਂ ਤੇ ਪਰਚਾ ਦਰਜ ਹੋਇਆ ਦੋ ਲੋਕ ਗ੍ਰਿਫਤਾਰ ਕਰ ਲਏ ਆ ਮਤਲਬ ਭਾਈ ਅੰਗ ਵੇਚਣ ਤੇ ਖਰੀਦਣ ਦਾ ਧੱਦਾ ਇਸ ਰੂਪ ਦੇ ਵਿੱਚ ਵੀ ਚੱਲ ਰਿਹਾ ਦੇਖੋ ਬਹੁਤ ਸਾਰੀਆਂ ਡਾਕਟਰ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਜੜੀਆਂ ਨਹੀਂ ਆ ਡਾਕਟਰੀ ਪੇਸ਼ੇ ਨਾਲ ਜੁੜੇ ਹੋਏ ਲੋਕਾਂ ਨਾਲ ਜੁੜੀਆਂ ਹੋਈਆਂ ਗੱਲਾਂ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ ਨੇ ਹਾਲਾਂਕਿ ਸਾਰੇ ਇੱਕੋ ਜਿਹੇ ਨਹੀਂ ਬਹੁਤ ਸਾਰੇ ਇਮਾਨਦਾਰ ਬਹੁਤ ਸਾਰੇ ਚੰਗੇ ਡਾਕਟਰਸ ਬਹੁਤ ਸਾਰੇ ਚੰਗੇ ਲੋਕ ਇਸ ਕਿੱਤੇ ਨਾਲ ਜੁੜੇ ਹੋਏ ਵੀ ਹੈਗੇ ਨੇ ਸਮਾਜ ਦੇ ਵਿੱਚ ਪਰ ਇਹ ਕੁਝ ਕੁ ਤਾਂ ਕਰਕੇ ਟਣਾ ਸਭ ਸਾਰੇ ਬਦਨਾਮ ਹੁੰਦੇ ਹੁਣ ਲੋਕ ਡਰਦੇ ਨੇ ਹਸਪਤਾਲ 'ਚ ਇਲਾਜ ਕਰਾਉਣ ਤੋਂ ਵੀ ਡਰਦੇ ਆ ਵੀ ਪਤਾ ਨਹੀਂ ਕੀ ਹੋ ਜਾਣਾ ਪਤਾ ਨਹੀਂ ਫਿਰ ਸਾਰਿਆਂ ਨੂੰ ਇੱਕੋ ਰਸੇ ਬੰਨ ਲਿਆ ਜਾਂਦਾ ਨਾ ਵੀ ਮੈਂ ਇਹ ਖਬਰ ਸੁਣੀ ਸੀ ਮੈਂ ਇਹ ਖਬਰ ਪੜ੍ਹੀ ਸੀ ਸਾਡੇ ਫਲਾਣੇ ਰਿਸ਼ਤੇਦਾਰ ਨਾਲ ਐ ਹੋਇਆ ਸਾਡੇ ਫਲਾਣੇ ਰਿਸ਼ਤੇਦਾਰ ਨਾਲ ਇਦਾਂ ਹੋਇਆ ਬੰਦਾ ਉਹਨਾਂ ਗੱਲਾਂ ਨੂੰ ਜ਼ਹਿਨ 'ਚ ਬਿਠਾ ਲੈਂਦਾ ਤੇ ਫਿਰ ਹਰ ਇੱਕ ਡਾਕਟਰ ਨੂੰ ਇੱਕੋ ਰਸੇ ਬੰਨ ਲੈਂਦਾ ਮੈਨੂੰ ਤਾਂ ਇਹ ਲੱਗਦਾ ਟੈਣਾ ਸਾਹਿਬ ਜਿਹੜੇ ਚੰਗੇ ਡਾਕਟਰਸ ਨੇ ਉਹਨਾਂ ਨੂੰ ਵੀ ਇਹੋ ਜਿਹੇ ਮਾੜੇ ਡਾਕਟਰਾਂ ਦੇ ਖਿਲਾਫ ਮੋਰਚਾ ਖੋਲਣਾ ਚਾਹੀਦਾ ਬਿਲਕੁਲ ਗੱਲ ਸਹੀ ਹੈ ਕਿਉਂਕਿ ਉਹਨਾਂ ਦੇ ਕਿੱਤੇ ਨੂੰ ਬਦਨਾਮ ਕਰ ਰਹੇ ਨੇ ਇਹ ਲੋਕ ਤੇ ਨਾਲੇ ਇੱਕ ਗੱਲ ਹੋਰ ਦੇਖੋ ਵੀ ਇਹ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਭਾਰਤ ਦੇ ਵਿੱਚ ਕਿਹੜੀ ਪ੍ਰਾਪਤੀ ਮੰਨੀਏ ਵੀ ਬੰਦੇ ਨੂੰ ਆਪਦਾ ਕਰਜ਼ਾ ਲਾਉਣ ਵਾਸਤੇ ਕਿਡਨੀ ਵੇਚਣੀ ਪੈਂਦੀ ਹੈ ਇਹ ਪਹਿਲੀ ਵਾਰ ਨਹੀਂ ਖਬਰ ਆਈ ਪੰਜਾਬ ਦੇ ਵਿੱਚ ਇੱਕ ਕਿਡਨੀ ਕਾਂਡ ਸਾਹਮਣੇ ਆਇਆ ਸੀ ਆਇਆ ਸੀ ਉਦੋਂ ਵੀ ਬੜੇ ਲੋਕਾਂ ਦੀਆਂ ਜਾਣਕਾਰੀਆਂ ਹੋਈਆਂ ਗਈਆਂ ਇੱਥੇ ਤਾਂ ਭਾਰਤ ਦੇ ਵਿੱਚ ਕੁਝ ਕੁ ਲੋਕਾਂ ਦੀ ਇਹੋ ਜਿਹੀ ਹਾਲਤ ਆ ਵੀ ਜਿਹੜੇ ਗਏ ਸੀ ਕੋਈ ਹੋਰ ਆਪਰੇਸ਼ਨ ਕਰਾਉਣ ਤੇ ਵਿੱਚੋਂ ਕਿਡਨੀ ਕੱਢ ਲਈ ਹਾਂਜੀ ਆਹ ਹਾਲਾਤ ਵੀ ਬਣਦੇ ਆ ਸੋ ਦੁੱਖ ਹੁੰਦਾ ਇਹਦਾ ਗੱਲਾਂ ਦੇ ਬਾਰੇ ਜਾਣ ਕੇ ਵੀ ਯਾਰ ਸਾਡੇ ਪ੍ਰਬੰਧਾਂ ਦੇ ਵਿੱਚ ਵਿਗਾੜ ਇੰਨਾ ਕਿਉਂ ਆ? ਬਿਲਕੁਲ ਸਹੀ। ਸਾਡੇ ਲਾਲਚੀ ਨੇ ਭਾਰੂ ਕੀਆ। ਹਰ ਇਹੋ ਜਿਹੇ ਲੋਕਾਂ ਨੂੰ ਤਾਂ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਬਾਕੀਆਂ ਨੂੰ ਕੰਨ ਹੋ ਜਾਣ ਵੀ ਅਸੀਂ ਕੁਝ ਇਹੋ ਜਿਹਾ ਕਰਾਂਗੇ ਸਾਡੇ ਨਾਲ ਵੀ ਆਹੀ ਹੋਣਾ ਹੈ ਨਾ। ਇਹਨਾਂ ਨੂੰ ਕੋਈ ਜ਼ਮਾਨਤਾਂ ਨਹੀਂ ਮਿਲਣੀ ਚਾਹੀਦੀ। ਜੇ ਤਾਂ ਪੈਸੇ ਪੂਰੇ ਮਿਲ ਜਾਂਦੇ ਤਾਂ ਇਹ ਮਾਮਲਾ ਉਜਾਗਰ ਹੀ ਨਹੀਂ ਸੀ ਹੋਣਾ। ਬੰਦ ਰਹਿਣਾ ਸੀ। ਇਹ ਤਾਂ 5.5 ਲੱਖ ਰੁਪਈਆ ਜੋ ਵਾਅਦਾ ਕੀਤਾ ਗਿਆ ਸੀ ਦੇਣ ਦਾ ਉਹ ਨਹੀਂ ਮਿਲਿਆ। ਹੂੰ। ਇਹਦੇ ਕਰਕੇ ਸਾਹਮਣੇ ਆ ਗਈ ਖਬਰ। ਜੀ ਨਾਲੇ ਪਤਾ ਨਹੀਂ ਕਿੰਨਾ ਪੁਰਾਣਾ ਹੈ ਸਾਰਾ ਕੁਝ ਉੱਤ। ਤੇ ਨਾਲੇ ਇੱਕ ਹੋਰ ਕਮਾਲ ਦੀ ਗੱਲ ਹੈ ਜਿਹੜਾ ਵਿੱਚ ਡਾਕਟਰ ਉਹਦਾ ਬਹੁਤ ਵੱਡਾ ਰਤਬਾ ਉਹ ਬਹੁਤ ਵੱਡਾ ਉਹਦੇ ਦੇ ਉੱਤੇ ਬੈਠਾ ਵਿਅਕਤੀ ਆ ਪਰ ਨਹੀਂ ਟਲਦੇ ਲੱਖਾਂ ਰੁਪਏ ਤੁਹਾਡੀਆਂ ਤਨਖਾਹਾਂ ਨਾ ਸਬਰ ਹੈ ਨਹੀਂ ਪਰ ਦਲਾਲ ਵਿੱਚ ਰੱਖੇ ਹੋਏ ਪਿੰਡਾਂ ਦੇ ਵਿੱਚ ਭੇਜੇ ਹੋਏ ਦਲਾਲ ਆ ਵੀ ਯਾਰ ਜੇਕਰ ਤੁਹਾਡੇ ਪਿੰਡਾਂ ਦੇ ਵੱਲ ਕੋਈ ਬੰਦਾ ਗਰੀਬ ਆ ਤੇ ਉਹ ਜੇਕਰ ਅੰਗ ਵੇਚਣਾ ਚਾਹੁੰਦਾ ਹੋਵੇ ਤਾਂ ਸੰਪਰਕ ਰੱਖਿਓ ਸਾਡੇ ਕੋਲੇ ਤਾਂ ਮਰੀਜ਼ ਪਾਉਣ ਆਉਂਦੇ ਹੀ ਆਉਂਦੇ ਆ ਜੀ ਇਸ ਤਰੀਕੇ ਦੇ ਨਾਲ ਵਿਚਾਲੇ ਵਿਚੋਲੇ ਰੱਖੇ ਹੋਏ ਆ ਉਹਨਾਂ ਨੂੰ ਕਮਿਸ਼ਨ ਦਿੰਦੇ ਆ ਵੀ ਭਾਈ ਜੇਕਰ ਤੂੰ ਬੰਦਾ ਲੈ ਕੇ ਆਏਂਗਾ ਤੈਨੂੰ ਇੰਨੀ ਕਮਿਸ਼ਨ ਜੀ ਮੇਰਾ ਇੱਕ ਜਾਣਕਾਰ ਆ ਉਹਨੇ ਮੈਨੂੰ ਇੱਕ ਹੋਰ ਹੀ ਗੱਲ ਦੱਸੀ ਉਹ ਕਹਿੰਦਾ ਸਾਡੇ ਪਿੰਡਾਂ ਦੇ ਬਾਲਣਾ ਤਾਂ ਕੁਝ ਕੁ ਲੋਕਾਂ ਨੂੰ ਹਸਪਤਾਲਾਂ ਨੇ ਇਹ ਗੱਲ ਕਹੀ ਆ ਵੀ ਜੇਕਰ ਤੁਸੀਂ ਸੰਪਰਕ ਰੱਖਣਾ ਸਭ ਦੇ ਨਾਲ ਕੋਈ ਦਿਲ ਦਾ ਰੋਗੀ ਆ ਕਿਸੇ ਦੇ ਗੋਡੇ ਪੈਣੇ ਆ ਕਿਸੇ ਦੀ ਕੋਈ ਹੋਰ ਸਮੱਸਿਆ ਵੀ ਘੇਰ ਕੇ ਲਿਆਉਣਾ ਸਾਡੇ ਹਸਪਤਾਲ ਦੇ ਵਿੱਚ ਵੀ ਇੱਥੇ ਆਪਰੇਸ਼ਨ ਕਰਵਾਓ ਤੇ ਤੁਹਾਡਾ 5 ਫੀਸ ਦੀ ਪੱਕਾ ਚਲੋ ਸਬਰ ਹੈ ਨਹੀਂ ਹਾਂ ਆ ਵੀ ਹਾਜ਼ਰ ਹੈ ਚੰਚੀ ਦਾ ਵੀ ਚਾਹ ਹਰਮਨ ਜੀ ਜੇਕਰ ਸਹੀ ਗੱਲ ਕੀਤੀ ਜਾਵੇ ਨਾ ਤਾਂ ਕਿਸੇ ਨਾ ਕਿਸੇ ਦੇ ਸਿਰ ਦੇ ਉੱਤੇ ਅਸਰ ਕਰਨ ਦੀ ਜ਼ਰੂਰ ਹੈ ਮੈਂ ਨਹੀਂ ਕਹਿੰਦਾ ਵੀ ਜੇਕਰ ਬੰਦੇ ਕਿਸੇ ਨੇ ਲੱਖ ਨੇ ਗੱਲ ਸੁਣੀ ਤਾਂ ਲੱਖ ਦੇ ਉੱਤੇ ਕੋਈ ਚਮਤਕਾਰੀ ਅਸਰ ਹੁੰਦਾ ਪਰ 1 2 5 ਫੀਸਦੀ ਦੇ ਉੱਤੇ ਤਾਂ ਹੁੰਦਾ ਹੀ ਨਹੀਂ ਹੋਊਗਾ ਨਾ ਇਸੇ ਕਰਕੇ ਦੁਨੀਆ ਦੇ ਵਿੱਚ ਸਮਾਜ ਸੇਵੀ ਵੀ ਹੈਗੇ ਆ ਤੇ ਦੁਨੀਆ ਦੇ ਵਿੱਚ ਲੋਟੂ ਟੋਲੇ ਵੀ ਹੈਗੇ ਆ ਆ ਹੁਣ ਇੱਕ ਪਟਿਆਲਾ ਖੇਤਰ ਦਾ ਧਰਮਿੰਦਰ ਰਾਣਾ ਨਾਂ ਦਾ ਵਿਅਕਤੀ ਆ ਅੱਛਾ ਜੀ ਇਹ ਸਵੇਰੇ 9 ਤੋਂ ਲੈ ਕੇ ਜਾਂ 8 ਤੋਂ ਲੈ ਕੇ 5 6 ਵਜੇ ਤੱਕ ਤਾਂ ਆਪਦਾ ਪਲੰਬਰ ਦਾ ਕੰਮ ਕਰਦਾ ਟੂਟੀਆਂ ਲਾਉਂਦਾ ਭੰਡ ਤੋੜਦਾ ਕੰਮ ਠੀਕ ਕਰਦਾ ਜੋ ਪਲੰਬਰ ਦੇ ਹਿੱਸੇ ਆਉਂਦਾ ਕੰਮ ਪਰ ਉਸ ਤੋਂ ਬਾਅਦ ਇਹ ਜਿਹੜੀਆਂ ਸੜਕਾਂ ਦੇ ਉੱਤੇ ਟੂਟੀਆਂ ਲੀਕ ਹੁੰਦੀਆਂ ਜਾਂ ਕਿਤੇ ਪਾਈਪਾਂ ਜਿਹੜੀ ਉਹਦੇ ਚ ਪਾਣੀ ਲੀਕ ਹੋਈ ਜਾਂਦਾ ਇਹ ਉਹ ਮੁਫਤ ਦੇ ਵਿੱਚ ਆਪਣੇ ਖਰਚੇ ਦੇ ਉੱਤੇ ਕਰਦਾ ਵਾਹ ਕਿਉਂਕਿ ਇਹਦੇ ਉੱਤੇ ਅਸਰ ਹੈਗਾ ਜੀ ਸਚਨ ਤੰਦੋਲਕਰ ਕਰੈਕਟਰ ਦੇ ਵੱਲੋਂ ਕੀਤੀ ਗਈ ਅਪੀਲ ਦਾ ਅਸਰ ਅੱਛਾ ਜੀ ਸਚਨ ਤੰਦੋਲਕਰ ਪਾਣੀ ਬਚਾਓ ਜੀਵਨ ਬਚਾਓ ਆਹ ਗੱਲ ਵਾਰ-ਵਾਰ ਕਹਿੰਦਾ ਤੇ ਇਹਨੇ ਉਸ ਗੱਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲਿਆ ਵੀ ਯਾਰ ਮੈਂ ਵੀ ਨਾ ਦਸਵੰਧ ਦੇ ਰੂਪ ਦੇ ਵਿੱਚ ਆਪਣਾ ਸਮਾਂ ਦਿਆ ਕਰ ਬਹੁਤ ਖ ਤੇ ਇਹਨੂੰ ਜਿੱਥੇ ਵੀ ਕੋਈ ਟੂਟੀ ਲੱਭਦੀ ਆ ਜਾਂ ਮੰਨ ਲਓ ਤੁਸੀਂ ਕਹਤਾ ਵੀ ਪਾਈ ਸਾਡੇ ਨਾਲ ਗੇਟ ਦੇ ਮੂਹਰੇ ਟੂਟੀ ਲੀਕ ਹੋਈ ਜਾਂਦੀ ਆ ਜਾਂ ਸਾਡੇ ਇੱਥੇ ਪਾਈਪ ਟੁੱਟ ਗਈ ਆ ਜਾਂ ਸੜਕ ਤੇ ਪਾਈਪ ਟੁੱਟੀ ਉੱਥੇ ਪਾਣੀ ਪਾਣੀ ਹੋ ਜਾਂਦਾ ਤਾਂ ਫਿਰ ਇਹ ਆਪਦੇ ਖਰਚੇ ਦੇ ਉੱਤੇ ਸਭ ਕੁਝ ਕਰਦਾ ਇਹਨੂੰ ਬਹੁਤ ਸਾਰੀਆਂ ਸੰਸਥਾਵਾਂ ਨੇ ਸਨਮਾਨਿਤ ਵੀ ਕੀਤਾ ਹੁਣ ਕਈ ਤਾਂ ਵੀ ਗੱਲ ਕਰਨਗੇ ਲੈ ਵਿਹਲਾ ਹੈਗਾ ਆਹੀ 4 ਘੰਟੇ ਆਪਦੇ ਕੰਮ ਤੇ ਲਾਏ ਹੋਣ ਤਾਂ ਵਧੀਆ ਨਾ ਹੋ ਜੇ ਨਵਾਂ ਸਕੂਟਰ ਨਾ ਲੈ ਲੇ ਕਾਰ ਆ ਜਾਣੀ ਆ ਤੁਸੀਂ ਜਹਾਜ਼ ਲੈ ਲਓ ਤੁਸੀਂ ਕੁਝ ਨਹੀਂ ਕੀਤਾ ਹਾਂ ਨਗੋਚਾਤਾ ਪਹਿਲਾਂ ਨੇ ਪਰ ਸਲਾਮ ਹੈ ਇਹੋ ਜਿਹੇ ਲੋਕਾਂ ਨੂੰ ਚਾਹਣਾ ਸਾਬ ਜਿਹੜੇ ਲੋਕ ਵਾਕਈ ਗੱਲਾਂ ਦੇ ਉੱਪਰ ਅਮਲ ਕਰਦੇ ਨੇ ਔਰ ਵਾਕਈ ਲੋਕਾਂ ਦੇ ਲਈ ਕਿਤੇ ਨਾ ਕਿਤੇ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਨੇ ਹਨਾ ਆਪਾਂ ਸਿਸਟਮ ਦੇ ਵਿੱਚ ਇਹ ਜਾਣਦੇ ਆ ਵਿਗਾੜ ਹੈ ਆਪਾਂ ਇਹ ਜਾਣਦੇ ਆ ਸਰਕਾਰਾਂ ਜਿਹੜੀਆਂ ਚੰਗੀਆਂ ਨਹੀਂ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਆਪਾਂ ਇਹ ਜਾਣਦੇ ਆ ਕਿ ਆਮ ਬੰਦਿਆਂ ਦੀ ਸਾਰ ਕਿਸੇ ਨੇ ਨਹੀਂ ਲੈਣੀ ਪਰ ਸਾਨੂੰ ਤੁਹਾਨੂੰ ਤਾਂ ਉੱਠਣਾ ਪਊਗਾ ਸਾਨੂੰ ਤੁਹਾਨੂੰ ਅੱਗੇ ਹੋ ਕੇ ਆਪਣਾ ਤੇ ਆਪਣੇ ਨਾਲ ਦੇ ਦਾ ਖਿਆਲ ਰੱਖਣਾ ਪਊਗਾ ਤੇ ਜੇਕਰ ਜਿੰਨਾ ਹੋ ਸਕਦਾ ਉਹਨਾਂ ਯੋਗਦਾਨ ਅਸੀਂ ਪਾਈਏ ਤਾਂ ਮੇਰਾ ਲੱਗਦਾ ਅਧੀਆਂ ਸਮੱਸਿਆਵਾਂ ਵੈਸੇ ਹੀ ਹੱਲ ਹੋ ਜਾਣਗੀਆਂ ਬਿਲਕੁਲ ਸਹੀ ਗੱਲ ਆ ਸੋ ਆਓ ਆਪਣੀ ਹਿੱਸੇ ਆਉਂਦੀ ਜ਼ਿੰਮੇਵਾਰੀ ਨੂੰ ਨਿਭਾਈਏ ਹੱਕ 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 ਕਰੀ ਜੰਨੇ ਆ ਕਦੇ ਜ਼ਿੰਮੇਵਾਰੀ 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 ਫਰਜ਼ 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 ਆ ਵੀ ਗੱਲ ਕਿਹੜੀ ਸਿੱਖੀ ਹੱਕ ਦੇ ਲਈ ਤਾਂ ਅਸੀਂ ਕਹਿੰਦੇ ਮੈਨੂੰ ਇੱਥੇ ਆ ਵੀ ਚਾਹੀਦਾ ਉਹ ਵੀ ਚਾਹੀਦਾ ਹੱਕ ਉਹਨਾਂ ਲੋਕਾਂ ਨੂੰ ਹੀ ਮਿਲਣੇ ਚਾਹੀਦੇ ਹਨ ਜਿਨ੍ਹਾਂ ਨੂੰ ਫਰਜ਼ਾਂ ਦੀ ਪਛਾਣ ਘਰ ਦੇ ਜਿਹੜੇ ਆਪਣੇ ਫਰਜ਼ ਨੂੰ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਆ। ਬਿਲਕੁਲ ਸਹੀ। ਸੋ ਇਸ ਕਰਕੇ ਜੋ ਵੀ ਆਪਦੇ ਹਿੱਸੇ ਦੇ ਵਿੱਚ ਆਉਂਦਾ ਭਾਵੇਂ ਉਹ 5 ਰੁਪਏ ਦਾ ਫਾਇਦਾ ਕਿਸੇ ਦਾ ਤੇ ਭਾਵੇਂ 5 ਲੱਖ ਦਾ ਫਾਇਦਾ ਕਿਸੇ ਦਾ ਉਹ ਕਰਨ ਦੀ ਕੋਸ਼ਿਸ਼ ਜ਼ਰੂਰ ਕਰਗੇ। ਜੀ ਬਿਲਕੁਲ ਸਹੀ ਆ ਤੇ ਹੁਣ ਆਪਾਂ ਚਲਈਏ ਜਣਾ ਤੇ ਇੱਕ ਆਪਾਂ ਹੁਣ ਬੇਨਤੀ ਕਰ ਲਈ ਆ ਉਹਦੇ ਪਰਿਵਾਰਕ ਮੈਂਬਰਾਂ ਨੂੰ ਵੀ ਤੁਹਾਡੇ ਵੱਲ ਕਿੰਨਾ ਕਮੀ ਪਿਆ ਤੇ ਤੁਹਾਡੇ ਪਿੰਡ ਦੇ ਵੱਲ ਹਰ ਸਾਡਾ ਭੈਣ ਭਰਾ ਕਿਸੇ ਨਾ ਕਿਸੇ ਪਿੰਡ ਨਾਲ ਵਸਨੀਕ ਆ ਸ਼ਹਿਰ ਨਾਲ ਵਸਨੀਕ ਆ। ਤੁਹਾਡੇ ਪਿੰਡ ਦੇ ਵੱਲ ਕਿੰਨੀਆਂ ਕੁ ਫਸਲਾਂ ਦਾ ਨੁਕਸਾਨ ਹੋਇਆ ਜੀ ਕਿੰਨੇ ਕੁ ਫੀਸਦੀ ਕਿਸਾਨੀ ਪ੍ਰਭਾਵਿਤ ਹੋਈ ਆ ਇਸ ਨੂੰ ਟਿੱਪਣੀਆਂ ਦੇ ਰੂਪ ਦੇ ਵਿੱਚ ਜ਼ਰੂਰ ਦੱਸੋ ਬਿਲਕੁਲ ਸਹੀ ਤੇ ਕਿਸਾਨਾਂ ਦੀ ਬਾਹ ਫੜਨ ਦੇ ਲਈ ਜਿੰਨਾ ਵੀ ਹੋ ਸਕਦਾ ਆ ਆਪਾਂ ਵੀ ਯੋਗਦਾਨ ਜ਼ਰੂਰ ਪਾਈਏ ਸਾਡੀ ਐਨ ਆਰ ਆਈ ਭੈਣਾ ਵੀਰਾਂ ਨੂੰ ਬੇਨਤੀ ਆ ਸਰਕਾਰ ਨੂੰ ਤਾਂ ਹਮੇਸ਼ਾ ਰਹਿੰਦੀ ਆ ਉਹਦਾ ਵੀ ਸਰਦੇ ਪੁੱਛਦੇ ਜਿਹੜੇ ਇੱਥੋਂ ਦੇ ਲੋਕ ਉਹਨਾਂ ਨੂੰ ਵੀ ਬੇਨਤੀ ਆ ਪਰ ਜਿਹੜੇ ਵਿਦੇਸ਼ਾਂ 'ਚ ਵਸੇ ਆ ਉਹਨਾਂ ਨੂੰ ਬੇਨਤੀ ਆ ਵੀ ਤੁਹਾਨੂੰ ਤਾਂ ਪਤਾ ਹੀ ਵੀ ਤੁਹਾਡੇ ਪਿੰਡ ਦੇ ਵਿੱਚ ਕਿਹੜਾ ਕਿਸਾਨ ਬਹੁਤ ਟੁੱਟਿਆ ਹੋਇਆ ਹੂੰ ਚਲੋ ਸਾਨੂੰ ਤਾਂ ਨਹੀਂ ਪਤਾ ਹੋਣਾ ਵੀ ਫਲਾਣੇ ਪਿੰਡ ਦੇ ਵਿੱਚ ਫਲਾਣੇ ਕਿਸਾਨ ਦੀ ਸਥਿਤੀ ਕੀ ਆ ਪਰ ਜਿਹੜਾ ਨੁਕਸਾਨਿਆ ਗਿਆ ਉਹਦੀ ਮਦਦ ਤੁਸੀਂ ਵੀ ਜ਼ਰੂਰ ਕਰਿਓ ਜੀ ਤੇ ਜੇਕਰ ਤੁਸੀਂ ਸਰ ਦੇ ਪੁੱਛਦੇ ਹੋ ਤੇ ਤੁਹਾਡੀ ਜ਼ਮੀਨ ਕੋਈ ਠੇਕੇ ਦੇ ਉੱਪਰ ਵਾਰ ਰਿਆ ਹੈ ਤਾਂ ਕੋਸ਼ਿਸ਼ ਕਰਿਓ ਜੇਕਰ ਉਹਦਾ ਨੁਕਸਾਨ ਹੋ ਗਿਆ ਤੇ ਇਸ ਵਾਰ ਆਪਾਂ ਠੇਕਾ ਵੀ ਥੋੜਾ ਜਿਹਾ ਘਟਾਵਦਾ ਲઈએ ਆਪਾਂ ਉਹਨਾਂ ਦਾ ਜਿੰਨਾ ਹੋ ਸਕਦਾ ਉਹਨਾਂ ਫਾਇਦਾ ਕਰਨ ਬਾਰੇ ਸੋਚੀਏ ਕਿਸਾਨਾਂ ਦਾ ਸੋ ਬਾਕੀ ਆਪਾਂ ਚਲਿਏ ਟਾਣਾ ਸਾਹਿਬ ਜਾਣਦਾ ਹੋ ਗਿਆ ਵੇਲਾ ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਛੱਡ ਤੇ ਪਹੁੰਚਾਇਓ ਦੋਵਾਂ ਦੇ ਇਜਾਜ਼ਤ ਫੇਰ ਮਿਲਾਂਗੇ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਰਹੋ